ਇਹੀ ਮੈਂ ਤੁਹਾਨੂੰ ਪੁੱਛਣਾ ਸੀਗਾ। ਗੁੱਡ ਈਵਨਿੰਗ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵੈਲਕਮ ਬੈਕ ਹੈ ਤੁਹਾਡਾ ਸਭ ਦਾ ਗਿਲਸ ਮੈਂਟਰ ਈ ਲਰਨਿੰਗ ਪਲੇਟਫਾਰਮ ਤੇ। ਆਈ ਹੋਪ ਤੁਸੀਂ ਸਭ ਲੋਕ ਠੀਕ ਠਾਕ ਹੋ। ਜੇਕਰ ਮੇਰੀ ਆਵਾਜ਼ ਤੁਹਾਡੇ ਸਭ ਤੱਕ ਪਹੁੰਚ ਪਾ ਰਹੀ ਹੈ ਤਾਂ ਪਲੀਜ਼ ਇੱਕ ਵਾਰੀ ਕਮੈਂਟ ਕਰਕੇ ਦੱਸਣਾ ਕਿ ਯੈਸ ਮੈਂ ਆਡੀਬਲ ਹਾਂ ਤੁਹਾਡੇ ਸਭ ਦੇ ਨਾਲ। ਸੋ ਕਮੈਂਟ ਕਰਕੇ ਜ਼ਰੂਰ ਦੱਸਣਾ ਮੈਨੂੰ, ਠੀਕ ਹੈ, ਕਿ ਮੇਰੀ ਆਵਾਜ਼ ਤੁਹਾਡੇ ਸਭ ਤੱਕ ਪਹੁੰਚ ਪਾ ਰਹੀ ਹੈ। 1 ਅਪ੍ਰੈਲ ਦਾ ਦਿਨ ਹੈ ਵੈਸੇ, ਖੈਰ ਆਪਾਂ ਇੱਕ ਦੂਸਰੇ ਨਾਲ ਉੱਦਾਂ ਤਾਂ ਨਹੀਂ ਕਹਿ ਸਕਦੇ। ਮੇਰੀ ਵੈਸੇ ਆਦਤ ਸੀਗੀ ਕਿ ਸਵੇਰੇ ਸਵੇਰੇ ਇੱਕ ਬੰਬ ਭੰਨ ਦੀ ਹੈ, ਕਹਿ ਦਈਏ ਤੁਹਾਨੂੰ ਕਿ ਆਹ ਚੱਕੋ ਜੀ ਆ ਗਈ ਪੰਜਾਬ ਵਿੱਚ ਵੱਡੀ ਭਰਤੀ। ਸੋ ਦੈਟ ਪਲੀਜ਼ ਇੱਕ ਵਾਰੀ ਕਮੈਂਟ ਕਰਕੇ ਜ਼ਰੂਰ ਦੱਸਣਾ ਮੈਨੂੰ ਕਿ ਮੇਰੀ ਆਵਾਜ਼ ਤੁਹਾਡੇ ਸਭ ਤੱਕ ਪਹੁੰਚ ਪਾ ਰਹੀ ਹੈ ਕਿ ਨਹੀਂ ਪਹੁੰਚ ਪਾ ਰਹੀ ਹੈ। ਔਰ ਸਿਮਿਲਰਲੀ ਇੱਕ ਬਹੁਤ ਇੰਪੋਰਟੈਂਟ, ਬਹੁਤ ਵੱਡੀ ਜਿਹੜੀ ਅਸਲੀਅਤ, ਵੱਡਾ ਜਿਹੜਾ ਬੰਬ ਹੈਗਾ ਨਾ, ਉਹ ਤੁਹਾਨੂੰ ਆਖਿਰ ਦੇ ਵਿੱਚ ਦਿਖਾਊਂਗਾ ਕਿ ਕੁਛ ਬਹੁਤ ਵੱਡਾ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਜਾਣਕਾਰੀ। ਸੋ ਉਹ ਜ਼ਰੂਰ ਹੋਏਗੀ। ਬਿਲਕੁਲ, ਸਤਿ ਸ਼੍ਰੀ ਅਕਾਲ ਜੀ। ਸੋ ਮੇਰੀ ਆਵਾਜ਼ ਜੇਕਰ ਤੁਹਾਡੇ ਸਭ ਤੱਕ ਪਹੁੰਚ ਪਾ ਰਹੀ ਹੈ ਤਾਂ ਇੱਕ ਵਾਰੀ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸ ਦਿਓ ਕਿ ਯੈਸ ਮੈਂ ਆਡੀਬਲ ਹਾਂ, ਮੇਰੀ ਆਵਾਜ਼ ਤੁਹਾਡੇ ਸਭ ਤੱਕ ਆ ਰਹੀ ਹੈ। ਤਾਂ ਫਿਰ ਆਪਾਂ ਇਸ ਕਲਾਸ ਦਾ ਸਿਲਸਿਲਾ ਸ਼ੁਰੂ ਕਰਨ ਲੱਗੇ ਹਾਂ। ਅੱਜ ਦੀ ਕਲਾਸ ਬਹੁਤ ਜ਼ਿਆਦਾ ਇੰਪੋਰਟੈਂਟ ਹੋਏਗੀ, ਜਿਹੜਾ ਕਿ ਸਿੰਪਲੀਫਿਕੇਸ਼ਨ ਦਾ ਮੈਂ ਕਨਸੈਪਟ ਸ਼ੁਰੂ ਕਰਨ ਜਾ ਰਿਹਾ। ਔਰ ਇਹ ਸਿੰਪਲੀਫਿਕੇਸ਼ਨ ਉਹ ਚੀਜ਼ ਹੈਗੀ ਹੈ ਕਿ ਤੁਸੀਂ ਚਾਹੇ ਕਲੈਰੀਕਲ ਦਾ ਪੇਪਰ ਦੇ ਰਹੇ ਹੋ, ਸਕੂਲ ਆਫ ਐਮੀਨੈਂਸ ਦਾ ਪੇਪਰ ਦੇ ਰਹੇ ਹੋ, ਚਾਹੇ ਤੁਸੀਂ ਪੰਜਾਬ ਦੇ ਕਿਸੇ ਵੀ ਪੇਪਰ 'ਚ ਬੈਠ ਰਹੇ ਹੋ, ਔਰ ਖਾਸ ਤੌਰ ਦੇ ਉੱਪਰ ਜਿਹੜੇ ਕਿ ਬਹੁਤ ਜ਼ਿਆਦਾ ਡਰੇ ਹੋਏ ਨੇ, ਇੱਕ ਇੱਕ ਚੀਜ਼ ਸਿਖਾਊਂਗਾ, ਸ਼ਕਤੀਆਂ ਵਾਲਾ ਤਰੀਕਾ ਸਿਖਾਊਂਗਾ ਕਿ ਤੁਸੀਂ ਮੈਥ ਦੇ ਵਿੱਚ ਕਿੱਦਾਂ ਆਪਣੇ ਆਪ 'ਚ ਮਾਸਟਰ ਬਣ ਸਕਦੇ ਹੋ। ਓ ਵੈਰੀ ਗੁੱਡ, ਠੀਕ ਹੈ ਜੀ। ਸੋ ਸਭ ਤੋਂ ਪਹਿਲਾਂ ਆਪਣੀ ਹਾਜ਼ਰੀ ਲਾ ਦਿਓ, ਲਾਈਕ ਕਰਨਾ, ਸ਼ੇਅਰ ਕਰਨਾ ਤੇ ਘੰਟੀਆਂ ਟੱਲੀਆਂ ਦਬਾ ਦਿਓ ਜ਼ਰੂਰ, ਤਾਂ ਕਿ ਤੁਹਾਡੇ ਤੱਕ ਅਪਡੇਟ ਕੋਈ ਵੀ ਦੂਰ ਨਾ ਰਹਿ ਜੇ, ਪਹੁੰਚ ਸਕੇ ਟਾਈਮ ਸਿਰ। ਰਾਈਟ ਹੈ ਜੀ। ਪੇਪਰਾਂ ਦੇ ਵਿੱਚ ਮੈਂ ਆਲਰੇਡੀ ਤੁਹਾਨੂੰ ਦੱਸਤਾ ਹੈ ਕਿ 90 ਦਿਨਾਂ ਦਾ ਸਿਲਸਿਲਾ ਬਾਕੀ ਹੈ, ਤੇ ਤੁਸੀਂ ਇਹ ਸੋਚ ਲਓ ਵੀ ਇੱਕ ਇੱਕ ਮਿੰਟ, ਇੱਕ ਇੱਕ ਸੈਕਿੰਡ ਦੀ ਮੇਰੇ ਕੋਲ ਜਾਣਕਾਰੀ ਅਪਡੇਟ ਹੋਣੀ ਚਾਹੀਦੀ ਹੈ। ਐਗਜ਼ਾਮ ਦੀ ਐਕਸਪੈਕਟਡ ਡੇਟ ਤੁਹਾਡੇ ਨਾਲ ਮੈਂ ਡਿਸਕਲੋਜ਼ ਕਰਤੀ ਹੈ, 20 ਜੁਲਾਈ ਦੇ ਆਸ ਪਾਸ ਤੁਸੀਂ ਸਮਝ ਲਓ ਕਿ ਬੰਬ ਬਸ ਫੁੱਟ ਜਾਣਾ, ਠੀਕ ਹੈ ਜੀ। ਫਿਰ ਮੈਂ ਮੈਨੂੰ ਕਿਉਂ ਵੀ ਦੱਸਿਆ ਨਹੀਂ ਗਾ, ਇਹ ਸਿਲੇਬਸ ਤੁਹਾਨੂੰ ਤਾਂ ਕਰਕੇ ਸਕਰੀਨ ਤੇ ਬਾਰ ਬਾਰ ਦਿਖਾ ਰਿਹਾ ਕਿ ਸਿਲੇਬਸ ਤੁਹਾਨੂੰ ਅੱਖਾਂ ਤੁਹਾਡੇ ਸਾਹਮਣੇ ਰਵੇ, ਠੀਕ ਹੈ ਜੀ, ਸਿਲੇਬਸ ਤੁਹਾਡੀਆਂ ਅੱਖਾਂ ਦੇ ਆਸ ਪਾਸ ਸਾਹਮਣੇ ਰਵੇ। ਹਾਂਜੀ, ਆਵਾਜ਼ ਸਿੰਗਲ ਹੀ ਆਏਗੀ, ਦੱਸ ਦਿਆ ਕਰੋ ਮੈਨੂੰ ਪ੍ਰਿਯੰਕਾ ਦੇਵੀ ਜੀ, ਠੀਕ ਹੈ। ਇਹ ਸਭ ਕੁਝ ਬੱਚੇ ਬਹੁਤ ਜ਼ਬਰਦਸਤ ਤਰੀਕੇ ਨਾਲ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ, ਸਟਾਰਟਿੰਗ 'ਚ ਦਿਖਾ ਦਿੰਦਾ ਵਾਅਦਾ ਕੀ ਆਖਾਂ ਤੋਂ ਵਾਅਦਾ ਨਿਭਾਉਣਾ ਪਵੇਗਾ। ਇਹ ਕੁਛ ਦਿਖਾ ਦਈਏ ਫਿਰ, ਠੀਕ ਹੈ ਜੀ, ਲਓ ਤੁਹਾਨੂੰ ਥੋੜ੍ਹਾ ਜਿਹਾ ਦਿਖਾ ਦਿੰਦਾ ਮੈਂ, ਵਾਅਦਾ ਕੀ ਆਖਾਂ ਤੋਂ ਵਾਅਦਾ ਨਿਭਾਉਣਾ ਪਵੇਗਾ। ਦੇਖੋ ਜੀ, ਪੰਜਾਬ ਦੇ ਵਿੱਚ ਜਿੰਨੇ ਵੀ ਪ੍ਰਕਾਰ ਦੇ ਤੁਸੀਂ ਕੰਟੈਂਟ ਨੂੰ ਪੜ੍ਹ ਰਹੇ ਹੋ, ਕੋਸ਼ਿਸ਼ ਇਹ ਹੈਗੀ ਹੈ ਕਿ ਅੱਜ ਤੱਕ ਜੋ ਕੰਟੈਂਟ ਤੁਹਾਨੂੰ ਅਸੀਂ ਦੇਣਾ ਹੈ ਉਹ ਕੋਈ ਨਹੀਂ ਦੇ ਰਿਹਾ, ਕੁਛ ਇਸ ਤਰੀਕੇ ਦਾ ਕੰਟੈਂਟ। ਦੇਖੋ, ਇਹ ਤੁਹਾਨੂੰ ਇਹ ਪ੍ਰਸ਼ਨ ਤਾਂ ਮਿਲ ਜਾਣਗੇ, ਆ ਵੀ ਮਿਲ ਜਾਣਗੇ, ਪਰ ਤੁਹਾਨੂੰ ਡਿਟੇਲ ਨਹੀਂ ਮਿਲੂਗੀ, ਔਰ ਇਹ ਵੀ ਜਿਸ ਨੂੰ ਕਹਿੰਦੇ ਆ ਵੈਰੀਫਾਈਡ ਡਿਟੇਲ। ਰਾਈਟ ਹੈ ਜੀ। ਇਹ ਸਭ ਕੁਛ ਬਹੁਤ ਜ਼ਬਰਦਸਤ ਤਰੀਕੇ ਨਾਲ ਹਜੇ ਥਿਊਰੀ ਤੁਹਾਨੂੰ ਦਿਖਾਵਾਂਗੇ, ਬਹੁਤ ਕੁਛ ਮਿਲੇਗਾ। ਰਾਈਟ ਹੈ ਜੀ। ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਡਿਸਕਲੋਜ਼ ਕਰਨੀਆਂ, ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਉਣੀਆਂ। ਸੋ ਤੁਹਾਨੂੰ ਹੌਲੀ ਹੌਲੀ ਸਾਰੀਆਂ ਚੀਜ਼ਾਂ ਸਮਝ ਆਉਣੀਆਂ ਵੀ ਅਸੀਂ ਤਿਆਰੀ ਕਿਸ ਲੈਵਲ ਦੀ ਕਰਨੀ ਹੈ, ਸਾਨੂੰ ਕੀ ਕੁਛ ਪੜ੍ਹਨ ਦੀ ਜ਼ਰੂਰਤ ਰਹੇਗੀ, ਔਰ ਇਹ
ਬਹੁਤ ਜਲਦੀ ਤੁਹਾਨੂੰ ਡੇਟ ਡਿਟੇਲ ਡੇਟ ਦੱਸਾਂਗੇ, ਤਰੀਕ ਦੱਸਾਂਗੇ ਵੀ ਕਿਸ ਤਰੀਕ ਨੂੰ ਕੀ ਕੁਝ ਦਿਖਾਉਣਾ, ਤੁਹਾਨੂੰ ਪੂਰੀ ਜਾਣਕਾਰੀ ਦੱਸਾਂਗੇ, ਰਾਈਟ ਹੈ ਜੀ। ਸੋ ਗੱਲ ਕਰਦੇ ਹਾਂ ਜੀ, ਉੱਪਰ ਵਾਲਾ ਸਿਲੇਬਸ ਹੈ ਇਹ ਕਰੰਟ ਅਫੈਕਟ ਦੇ ਨਾਲ ਹੈ। ਕਰੰਟ ਅਫੇਅਰ ਜਿਹੜਾ ਹੋਏਗਾ ਤੁਹਾਨੂੰ ਮੈਂ, ਅਸੀਂ ਵੈਸੇ ਟੈਲੀਗ੍ਰਾਮ 'ਚ ਵੀ ਪਾਤਾ ਹੈ, ਇਨਸ਼ੋਰ ਕਰ ਦਿੰਦੇ ਐਪ ਦੇ ਵਿੱਚ 450 ਕੁਐਸਚਨ ਪੂਰੇ ਮਾਰਚ ਮੰਥ ਦੇ ਪਾਤੇ ਹੈ, ਅਤੇ ਤਕਰੀਬਨ ਇਸ ਮਾਰਚ ਮੰਥ ਦਾ ਮੈਗਾ ਮੈਰਾਥਨ ਕਰੰਟ ਅਫੇਅਰ ਯਾਦ ਕਿਵੇਂ ਕਰਾਉਣਾ ਉਹਦਾ ਸੈਸ਼ਨ ਮੈਂ ਵਿਦਇਨ 2-3 ਡੇਜ਼ ਲੈ ਕੇ ਆਊਂਗਾ। ਪੰਜਾਬ ਦੀ ਹਿਸਟਰੀ ਕਲਚਰ ਦੀਆਂ ਬੂੰਦੀਆਂ ਉਡਾ ਦਾਂਗੇ ਇਸ ਵਾਰ, ਬੂੰਦੀਆਂ ਚੈਲੰਜ ਕਰ ਦਿਓ, ਠੀਕ ਹੈ ਨਾ, ਤੁਹਾਨੂੰ ਡਰਨ ਦੀ ਲੋੜ ਨਹੀਂ ਗੀ। ਰਹੀ ਗੱਲ ਹੈ, ਅੱਗੇ ਵੱਧਦੇ ਹਾਂ, ਆਹ ਤਾਂ ਸਾਰਾ ਲੇਬਰ ਇੰਸਪੈਕਟਰ ਦਾ ਸਿਲਸਿਲਾ ਹੈਗਾ, ਟੈਸਟ ਸੀਰੀਜ਼ ਤੁਸੀਂ ਐਪ ਦੇ ਵਿੱਚ ਕਰਨੀ ਹੈ, ਇਹ ਤੁਹਾਨੂੰ ਮੈਂ ਵਾਰ ਵਾਰ ਕਹਿ ਰਿਹਾ, ਬਹੁਤ ਸਾਰੀਆਂ ਚੀਜ਼ਾਂ ਇਹਦੇ 'ਚ ਪਾਈਆਂ ਹੋਈਆਂ, ਬੂਟੀਆਂ ਬਾਟੀਆਂ ਇਸੇ 'ਚ ਪਾਈਆਂ। ਸੋ ਗੱਲ ਕਰਦੇ ਹਾਂ ਅੱਜ ਆਪਾਂ ਸਿੰਪਲੀਫਿਕੇਸ਼ਨ ਤੋਂ, ਰਾਈਟ ਹੈ ਜੀ। ਟੀ ਸੀ ਐਸ ਵਗੈਰਾ ਦਾ ਮੈਥ ਹੈ ਨਾ, ਹੁਣ ਤੁਸੀਂ ਪੰਜਾਬ ਪੁਲਿਸ ਦੇ ਪੇਪਰ ਵਾਸਤੇ ਕਹਿ ਦਿਓ ਟੀ ਸੀ ਐਸ ਨੂੰ, ਬਾਈ ਹੁਣ ਨਹੀਂ ਅਸੀਂ ਖੜਦੇ, ਜਿੰਨਾ ਮਰਜ਼ੀ ਤੁਹਾਨੂੰ ਪੇਪਰ ਪਰੇਸ਼ਾਨ ਕਰ ਲਏ, ਕੋਈ ਵੀ ਬੱਚਾ ਰੁਕੇਗਾ ਨਹੀਂ, ਠੀਕ ਹੈ। ਸੋ ਇੱਕ ਇੱਕ ਕਲਾਸ ਤੁਸੀਂ ਘਰੇ ਬੈਠ ਕੇ ਦੇਖਣੀ ਹੈ, ਅਤੇ ਅਗਲੇ ਐਤਵਾਰ ਨੂੰ ਇਹ ਵੀ ਚੀਜ਼ ਤੁਸੀਂ ਪਲੀਜ਼ ਯਾਦ ਰੱਖਣੀ ਸਾਰੇ ਬੱਚਿਆਂ ਨੇ, ਨੈਕਸਟ ਸੰਡੇ ਨੂੰ ਬਿਲਕੁਲ ਫ੍ਰੀ ਆਫ ਕੋਸਟ ਮੇਰੀ ਸਭ ਤੋਂ ਵੱਡੀ 8 ਘੰਟਿਆਂ ਦੀ ਪ੍ਰੋਫਿਟ ਅਤੇ ਲੋਸ ਬਿਲਕੁਲ ਫ੍ਰੀ ਆਫ ਕੋਸਟ ਕਲਾਸ ਆ ਰਹੀ ਹੈ, ਔਰ ਉਸ ਕਲਾਸ ਨੂੰ ਤੁਸੀਂ, ਤੁਹਾਨੂੰ ਵਾਰ ਵਾਰ ਕਿਸੇ ਕੋਚਿੰਗ ਸੈਂਟਰਾਂ 'ਚ ਜਾਣ ਦੀ ਜ਼ਰੂਰਤ ਨਹੀਂ ਰਹੇਗੀ, ਰਾਈਟ ਹੈ ਜੀ। ਘਰੇ ਬੈਠਣਾ, ਫੋਨ ਖੋਲ੍ਹਣਾ, ਆਰ ਐੱਸ ਅਗਰਵਾਲ ਕਿਤਾਬ ਖੋਲ੍ਹ ਲਿਓ, ਜਿੰਨੇ ਟਾਈਪ ਦੇ ਸਵਾਲ ਹੈਗੇ ਆ, ਨੰਬਰ 1, ਦੂਸਰਾ ਟਾਈਪ, ਤੀਜਾ ਟਾਈਪ, ਚੌਥਾ ਟਾਈਪ, ਪੰਜਵਾਂ ਟਾਈਪ, ਐਂਡ ਟਾਈਪ ਕਰ ਕਰਕੇ ਤੁਹਾਨੂੰ ਸਵਾਲ ਕਰਾਊਂਗਾ ਮੈਂ, ਰਾਈਟ ਹੈ ਜੀ। ਤਾਂ ਤੁਸੀਂ ਸਾਰੇ ਦੇ ਸਾਰੇ ਉਹ ਮੇਰੇ ਨਾਲ ਬੈਠ ਕੇ, ਘਰੇ ਬੈਠ ਕੇ ਤਿਆਰੀ ਤੁਸੀਂ ਆਰਾਮ ਨਾਲ ਕਰ ਪਾਓਗੇ, ਰਾਈਟ ਹੈ ਜੀ। ਸੋ ਜਿੰਨੇ ਵੀ ਸਟੂਡੈਂਟਸ ਹੈ, ਤੁਹਾਡੇ ਸਭ ਦੇ ਲਈ ਮੇਰੀ ਸਪੋਰਟ ਸਹਿਯੋਗ ਮੇਰਾ ਹਮੇਸ਼ਾ ਰਹੇਗਾ। ਸੋ ਅਸੀਂ ਗੱਲ ਕਰਦੇ ਹਾਂ ਕਿ ਤੁਹਾਡੇ 'ਚੋਂ ਬਹੁਤ ਸਾਰੇ ਐਸੇ ਬੱਚੇ ਹੋਣਗੇ ਕਿ ਜਿਨ੍ਹਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਸ਼ੁਰੂਆਤੀ ਦੌਰ ਤੋਂ ਨਹੀਂ ਪਤਾ ਹੁੰਦੀਆਂ। ਦੇਖੋ ਯਾਰ, ਗੱਲ ਕਰਦੇ ਹਾਂ ਕਿ ਮੈਂ ਅਕਸਰ ਵਾਰ ਸੋਸ਼ਲ ਮੀਡੀਆ 'ਤੇ ਦੇਖਦਾ ਕਿ ਟੀਚਰ ਕਹੇਗਾ ਕਿ ਯਾਰ ਤੁਸੀਂ ਐਂ ਕਰੋ ਜੀ, 225 ਲਿਖ ਦਿਓ। ਟੀਚਰ ਤੁਹਾਨੂੰ ਕਹੇ ਚਲੋ ਲਿਖਤਾ ਜੀ, ਤਾਂ ਫਿਰ ਯਾਦ ਕਰ ਲਿਆ, ਰੱਟੇ ਮਰਾਉਂਦੇ, ਫਿਰ ਡੰਡੇ ਮਾਰਦੇ, ਫਿਰ ਵੀਡੀਓ ਪਾਉਂਦੇ ਨੇ, ਹੈ ਨਾ, ਤਾਂ ਕਿ ਕਹਿਣ ਬੱਲੇ ਬੱਲੇ ਬੜੀ ਪੜ੍ਹਾਈ ਹੁੰਦੀ, ਡੰਡਿਆਂ ਨਾਲ ਅਤੇ ਵੀਡੀਓ ਨਾਲ ਕਦੇ ਪੜ੍ਹਾਈ ਹੁੰਦੀ ਆ। ਚਲੋ ਜੀ, ਜੇ ਤੁਹਾਨੂੰ ਕੋਈ ਇੰਨੇ ਕਹਿ ਦੇ ਕਿ ਤੁਸੀਂ ਐਂ ਕਰੋ ਜੀ, 35 ਦਾ ਸਕੇਅਰ ਲਿਖਣਾ, ਵੀ ਕੀ ਲਿਖਣਾ, 35 ਦਾ ਸਕੇਅਰ ਲਿਖਣਾ, ਔਰ ਤੁਸੀਂ ਐਂ ਕਰ ਹਾਸੇ ਖੇਡਿਆਂ ਦੇ ਵਿੱਚ ਹੀ ਐਂ ਕਰਕੇ ਲਿਖ ਦਿਓ, ਥੋੜ੍ਹਾ ਜਿਹਾ ਆਨੰਦ ਆਏਗਾ। ਚਲੋ ਜੀ, ਅਗਰ ਤੁਹਾਨੂੰ ਕੋਈ ਟੀਚਰ ਕਹਿ ਦੇ ਕਿ ਤੁਸੀਂ ਐਂ ਕਰੋ ਜੀ, 75 ਦਾ ਸਕੇਅਰ ਲਿਖਣਾ, ਔਰ ਤੁਸੀਂ ਹਾਸੇ ਖੇਡੇ ਕਰਦੇ ਕਰਦੇ ਅਗਰ ਇੰਝ ਲਿਖ ਦੋਗੇ, ਤਾਂ ਤੁਹਾਨੂੰ ਲੱਗੇਗਾ ਕਿ ਨਹੀਂ ਬਿਲਕੁਲ ਠੀਕ ਠਾਕ ਹੈ। ਹਾਂਜੀ ਬਿਲਕੁਲ ਹੈ ਜੀ, ਇੰਜੀਨੀਅਰ ਸਾਹਿਬ ਵੇਟ ਕਰੋ ਜੀ, ਇਹਦੇ 'ਤੇ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਕਿ ਪੰਜਾਬ ਦੇ ਘੈਂਟ ਵਾਲੇ 3 ਟੀਚਰਾਂ ਦੀ ਪ੍ਰੋਪਰ ਦਿਨ ਰਾਤ ਇਸੇ ਚੀਜ਼ 'ਤੇ ਲਾਇਆ ਜਾ ਰਿਹਾ, ਸਾਡਾ ਤੁਹਾਡਾ ਚੜ੍ਹਦਾ ਲਹਿੰਦਾ ਹੈ, ਸੱਜਾ ਖੱਬਾ ਟੇਢਾ ਉੱਚਾ ਬਿੰਗਾ, ਉਸ ਤੋਂ ਕੁਛ ਬਿਹਤਰ ਹੀ ਮਿਲੇਗਾ ਤੁਹਾਨੂੰ, ਠੀਕ ਹੈ। ਹਾਂਜੀ ਅੱਛਾ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਇੱਕ ਹੀ ਟ੍ਰਿਕ, ਇੱਕੋ ਹੀ ਟ੍ਰਿਕ ਦੇ ਨਾਲ ਤੁਸੀਂ ਅੱਜ ਸਾਰੇ ਮੇਰੇ ਨਾਲ ਸਕੇਅਰ ਪੜੋਗੇ, ਸਾਰੇ ਸਕੇਅਰ ਕਰੋਗੇ ਇੱਕੋ ਟ੍ਰਿਕ ਨਾਲ, ਰਾਈਟ ਹੈ ਜੀ। ਇਸ ਟ੍ਰਿਕ ਤੋਂ ਬਾਅਦ ਤੁਹਾਨੂੰ, ਤੁਸੀਂ ਕਿਸੇ ਵੀ ਨੰਬਰ ਦਾ ਸਕੇਅਰ ਕਰਨਾ, ਸਕੇਅਰ ਰੂਟ ਕੱਢਣਾ, ਕਿਸੇ ਵੀ ਨੰਬਰ ਦਾ ਕਿਊਬ ਰੂਟ ਕੱਢਣਾ, ਕਿਸੇ ਵੀ ਕੈਲਕੂਲੇਸ਼ਨ ਨੂੰ ਕਰਨਾ ਵਿਦਆਊਟ ਕਾਪੀ ਪੈਨ ਤੁਸੀਂ ਕਰਨਾ ਸਿੱਖੋਗੇ, ਮੇਰੀ ਇਸੇ ਕਲਾਸ ਦੇ ਵਿੱਚ ਚੀਜ਼ਾਂ ਸਿਖਾਊਂਗਾ। ਤੁਸੀਂ ਦੇਖੋ, ਫਰਜ਼ ਕਰ ਲਓ ਤੁਹਾਨੂੰ ਕਹਿ ਤਾ ਕਿਸੇ ਨੇ ਕਿ ਯਾਰ ਐਂ ਕਰੋ 105 ਦਾ ਸਕੇਅਰ ਕਰੋ, ਕੀ ਕਰੋ ਤੁਸੀਂ, 105 ਦਾ ਸਕੇਅਰ ਕਰੋ, ਤੁਸੀਂ ਕਹਿਣਾ ਵਾਹ ਬਈ ਵਾਹ, ਸੇਮਿਆ ਆ ਲੈ ਆ ਲਿਖਤਾ ਜੀ, ਤੁਸੀਂ ਕਹਿਣਾ ਸਰ ਇਹ ਤਾਂ ਤੁਹਾਡੇ ਯਾਦ ਹੋ ਸਕਦਾ ਹੈ, ਆ ਲੈ ਯਾਰ ਆਪਾਂ ਐਂ ਕਰਦੇ ਹਾਂ, ਮੈਂ ਤੁਹਾਨੂੰ ਕਹਿ ਤਾ ਜੀ 103 ਨੂੰ ਐਂ ਕਰਦੇ 107 ਨਾਲ ਮਲਟੀਪਲਾਈ ਕਰਦੀ ਹੈ,
ਤੁਸੀਂ ਕਹਿਣਾ ਚੱਕੋ ਮਾਸਟਰ ਜੀ ਆਏ ਲਿਖ ਦਿੰਦੇ ਆਲੂ ਜੀ। ਬਈ ਹੁਣ ਤਾਂ ਨਹੀਂ ਆਪਣੇ ਯਾਦ ਇਹ ਗੱਲਾਂ। ਬਈ ਜੇਕਰ ਆਪਾਂ ਮੰਨ ਲਓ ਕਿ ਪੇਪਰ ਦੇ ਵਿੱਚ ਕੁਐਸਚਨ ਕਿਸੇ ਵੀ ਤਰੀਕੇ ਨਾਲ ਬਹੁਤ ਤਕੜੇ ਤਕੜੇ ਸਵਾਲ ਆਉਣਗੇ ਸਾਨੂੰ, 107 ਮਲਟੀਪਲਾਈ 104 ਆ ਗਿਆ, ਮਾਈਨਸ ਇੱਥੇ ਸਾਨੂੰ ਫਰਜ ਕਰ ਲਓ 85 ਦਾ ਸਕੇਅਰ ਆ ਗਿਆ, ਫਿਰ ਆਪਾਂ ਕੀ ਕਰਾਂਗੇ? ਹੁਣ ਤੁਹਾਡੇ ਚੋਂ ਕਈ ਐਸੇ ਬੱਚੇ ਹਨ ਕਿ ਜਿਨ੍ਹਾਂ ਦੀ ਪ੍ਰੈਕਟਿਸ ਇੰਨੀ ਵਧੀਆ ਨਹੀਂ ਹੁੰਦੀ, ਬੇਸ ਉਹਨਾਂ ਦਾ ਮਜ਼ਬੂਤ ਨਹੀਂ ਹੁੰਦਾ, ਬੇਸ ਕਿਸੇ ਦਾ ਮਜ਼ਬੂਤ ਢਿੱਲਾ ਹੈ, ਤਾਂ ਫਿਰ ਸਮਝ ਲਓ ਮਾਮਲਾ ਗੜਬੜ ਹੈ। ਤਾਂ ਇੱਥੇ ਤੁਸੀਂ ਹਾਸੇ ਖੇਡੇ ਕਰਦੇ ਕਰਦੇ ਅਗਰ ਐਂ ਲਿਖ ਦੋਗੇ ਵੀ 111-28 ਹੋ ਗਿਆ, ਅਤੇ ਇੱਥੇ ਤੁਸੀਂ ਲਿਖ ਦੋਗੇ ਤਕਰੀਬਨ ਤੁਹਾਨੂੰ ਹਰ ਇੱਕ ਪ੍ਰਸ਼ਨ ਪਤਾ ਹੋਣਾ ਚਾਹੀਦਾ 72, ਅਤੇ ਇੱਥੇ ਤੁਸੀਂ ਲਿਖਤਾ 25, ਤਾਂ ਤੁਹਾਡਾ ਆਂਸਰ ਇਹਦੇ 'ਚੋਂ ਮਾਈਨਸ ਕਰਕੇ ਕੱਢ ਸਕਦੇ ਹੋ। ਬਿਲਕੁਲ ਕਲੀਅਰ ਹੈ। ਤਾਂ ਸਭ ਤੋਂ ਪਹਿਲਾਂ ਅੱਜ ਆਪਾਂ ਇਹ ਚੀਜ਼ਾਂ ਸਿੱਖਣੀਆਂ ਕਿ ਕਿੱਦਾਂ ਅਸੀਂ ਬਿਲਕੁਲ ਫਾਸਟ ਟਰੈਕ ਦੇ ਨਾਲ ਇਹ ਸਭ ਕੁਝ ਕਰ ਸਕਦੇ ਹਾਂ। ਬੋਲੋ, ਕਮੈਂਟ ਕਰਕੇ ਦੱਸੋ ਕਿ ਹਾਂਜੀ ਸਰ ਬਿਲਕੁਲ ਬੇਸਿਕ ਤੋਂ ਚੱਲਣਾ ਹੈ ਜਾਂ ਕੀ ਕਰਨਾ ਹੈ? ਬਸ ਇੰਨਾ ਤੁਸੀਂ ਕਮੈਂਟ ਕਰਕੇ ਦੱਸਣਾ ਮੈਨੂੰ ਕਿ ਆਪਾਂ ਕੰਮ ਬੇਸਿਕਸ ਤੋਂ ਕਰਨਾ ਹੈ ਜਾਂ ਕੰਮ ਨੂੰ ਆਪਾਂ ਹਬੜਾ ਦਬੜੀ ਨਾਲ ਕਰਨਾ ਹੈ। ਤਾਂ ਦੇਖੋ ਜੀ, ਪੰਜਾਬ ਪੁਲਿਸ ਦੀ ਬੱਚੇ TCS ਦੀ ਤਿਆਰੀ ਕਰਦੇ ਹੋ ਤਾਂ ਸਾਨੂੰ ਸਿੰਪਲੀਫਿਕੇਸ਼ਨ ਭਰ ਭਰ ਕੇ ਆਉਂਦਾ, ਗੱਟੇ ਭਰ ਭਰ ਕੇ, ਠੀਕ ਹੈ ਜੀ, ਸਿੰਪਲੀਫਿਕੇਸ਼ਨ। ਔਰ ਮੈਂ ਇੱਕ ਚੀਜ਼ ਫਿਰ ਤੋਂ ਅੱਜ ਤੁਹਾਨੂੰ ਦੱਸ ਦਿੰਦਾ, ਕਲੀਅਰ ਕਰ ਦਿੰਦਾ, PSPCL ਦੇ ਵਿੱਚ 500+560-72-75 ਕਿੰਨੀਆਂ ਵੀ ਹੋ ਸਕਦੀਆਂ ਕਲਰਕਾਂ ਦੀਆਂ ਅਸਾਮੀਆਂ ਦਾ ਡਰਾਫਟ ਰੈਡੀ ਪਿਆ, ਉਹ ਤੁਹਾਨੂੰ ਤਕਰੀਬਨ ਚੋਣਾਂ ਤੋਂ ਬਾਅਦ, ਮੰਨ ਲਓ ਮੈਕਸੀਮਮ ਜੂਨ ਐਂਡ ਹੈ, ਜੁਲਾਈ ਹੈ, ਤੁਹਾਨੂੰ ਮਿਲ ਹੀ ਜਾਣਾ। ਅਤੇ TCS ਹੀ PSPCL ਦੇ ਪੇਪਰ ਕੰਡਕਟ ਕਰਦੀ ਹੈ, ਅਤੇ ਉਹਦੇ 'ਚ ਵੀ ਕੈਲਕੂਲੇਸ਼ਨ ਭਰ ਭਰ ਕੇ ਆਉਂਦੀ ਹੈ। ਸੋ ਆਪਾਂ ਕਿੱਦਾਂ ਕਰਨਾ ਹੈ, ਆ ਜਾਓ ਕਰਾਂ, ਠੀਕ ਹੈ ਜੀ, ਇਹ ਬਿਲਕੁਲ ਫ੍ਰੀ ਆਫ ਕੋਸਟ ਹੈ, ਤੁਸੀਂ ਘਰ ਬੈਠ ਕੇ ਆਰਾਮ ਨਾਲ ਤਿਆਰੀ ਕਰਨੀ ਹੈ ਮੇਰੇ ਨਾਲ। ਚਲੋ ਜੀ, ਦੇਖੋ ਸਭ ਤੋਂ ਪਹਿਲਾਂ ਅਗਰ ਆਪਾਂ ਮੰਨ ਲਓ 22 ਦਾ ਸਕੇਅਰ ਕਰਨਾ, ਤਾਂ ਦੇਖੋ ਸਕੇਅਰ ਦਾ ਮਤਲਬ ਕੀ ਹੁੰਦਾ ਬੱਚੇ, 22 ਮਲਟੀਪਲਾਈ 22, ਅਤੇ ਅਸੀਂ ਇੱਥੇ ਆਰਾਮ ਨਾਲ ਲਿਖ ਦਿੰਦੇ ਹਾਂ 884, ਠੀਕ ਹੈ, ਮੈਂ ਆਸਾਨੀ ਨਾਲ ਲਿਖਤਾ, ਹੁਣ ਤੁਸੀਂ ਵੀ ਲਿਖੋਗੇ। ਤਾਂ ਮੈਂ ਇਸ ਨੂੰ ਕੀ ਕਰੂੰਗਾ, ਕਿਸੇ ਵੀ ਨੰਬਰ ਨੂੰ ਕੁਛ ਵੀ ਯਾਦ ਨਹੀਂ ਕਰਨਾ, ਤੁਸੀਂ ਇੱਕ ਚੀਜ਼ ਯਾਦ ਕਰਨੀ ਹੈ, 1, 2, 3, 4, 5, 6, 7, 8, 9, 10, ਬਸ ਇੰਨੀ ਚੀਜ਼ ਤੁਹਾਨੂੰ ਯਾਦ ਹੋਣੀ ਚਾਹੀਦੀ, ਇਹਦੇ ਆਸ ਪਾਸ ਹੀ ਤੁਹਾਨੂੰ ਭਾਰੇ ਟੇਬਲ ਯਾਦ ਹੋਣੇ ਚਾਹੀਦੇ ਹੈ। ਕਿੱਦਾਂ ਆ ਜਾਊਗਾ, ਸਭ ਤੋਂ ਪਹਿਲੀ ਚੀਜ਼ ਹੈਗੀ ਹੈ ਕਿ ਮੈਂ ਇੱਕ ਕਨਸੈਪਟ ਜਾਣਦਾ ਕਿ A+B ਦਾ ਹੋਲ ਸਕੇਅਰ, ਤਾਂ ਮੇਰੇ ਕੋਲ ਕੀ ਆ ਜਾਏਗਾ, A² ਆ ਗਿਆ, ਰਾਈਟ ਹੈ ਜੀ। ਫਿਰ ਆਪਣੇ ਕੋਲ ਫਾਰਮੂਲਾ ਕੀ ਆ ਜਾਂਦਾ, 2AB ਆ ਜਾਂਦਾ, ਅਤੇ +B² ਆ ਜਾਂਦਾ। ਬਸ ਇਹ ਜਿਸ ਨੂੰ ਯਾਦ ਹੈ, ਵੈਰੀ ਗੁੱਡ ਈਵਨਿੰਗ, ਤਾਂ ਸਮਝ ਲਓ ਤੁਹਾਨੂੰ ਸਭ ਚੀਜ਼ਾਂ ਯਾਦ ਰਹਿਣਗੀਆਂ, ਰਾਈਟ ਹੈ, ਇੰਨੀ ਚੀਜ਼ ਮੇਰੇ ਨਾਲ ਚੱਲਣਾ। ਦੇਖੋ ਕਿੱਦਾਂ ਕਰਨਾ, ਲੈਟ ਮੀ ਡੂ, ਅਗਰ ਮੈਂ ਕਿਸੇ ਵੀ ਨੰਬਰ ਨੂੰ ਲਿਖੂੰਗਾ ਤੇ ਮੈਂ ਉਸਨੂੰ ਇਹਦੇ 'ਚ ਕਨਵਰਟ ਕਰ ਦੇਣਾ, ਇਹਦੇ 'ਚ ਮੋਡੀਫਾਈ ਕਰ ਦੇਣਾ ਉਸ ਨੰਬਰ ਨੂੰ, ਮੇਰਾ ਸਵਾਲ ਆਸਾਨ ਹੋ ਜਾਏਗਾ। ਇਗਜ਼ਾਮਪਲ ਦੇ ਤੌਰ 'ਤੇ ਆਪਾਂ ਕੀ ਕਰਨਾ, A² ਕਰ ਦੇਣਾ, ਔਰ ਇਸ ਨੂੰ 2AB ਕਰ ਦੇਣਾ, ਅਤੇ ਇਸ ਨੂੰ ਆਪਾਂ B² ਕਰ ਦੇਣਾ। ਹੁਣ ਬਹੁਤ ਸਾਰੇ ਟੀਚਰ ਤੁਹਾਨੂੰ ਬੈਕਗਰਾਊਂਡ ਨਹੀਂ ਸਮਝਾਉਂਦੇ ਹੁੰਦੇ, ਪਰ ਮੇਰੀ ਆਦਤ ਹੈ ਕਿ ਮੈਂ ਬੈਕਗਰਾਊਂਡ ਵੀ ਸਮਝਾਊਂਗਾ ਚੀਜ਼ ਦਾ, ਮੈਂ ਸਿਰਫ ਇਸਦਾ ਇਸਤੇਮਾਲ ਕਰੂੰਗਾ। ਰੱਬ ਦੀ ਬਣਾਈ ਕੋਈ ਜਾਦੂ ਟੋਣਾ ਸ਼ਕਤੀ ਵਕਤੀ ਦਾ ਇਸਤੇਮਾਲ ਨਹੀਂ ਕਰਦੇ ਅਸੀਂ, ਸਿਰਫ ਇਸ ਨੂੰ ਮੋਡੀਫਿਕੇਸ਼ਨ 'ਚ ਲੈਣਾ। ਆ ਜਾਓ ਕਰਾਂ ਬੱਚੇ, ਇਸ ਨੂੰ ਕਿੱਦਾਂ ਯੂਜ ਕਰਨਾ, ਮੇਰੇ ਕੋਲ ਤੁਸੀਂ ਬੋਲੋਗੇ ਸਰ ਕਿ ਐਂ ਕਰੋ ਜੀ ਆਪਾਂ 42 ਦਾ ਸਕੇਅਰ ਲਿਖਣਾ, ਮੈਂ ਕਹੂੰਗਾ ਠੀਕ ਹੈ, ਹੁਣ 4 ਨੂੰ ਬਣਾ ਲਓ A ਅਤੇ 2 ਨੂੰ ਬਣਾ ਲਓ B, 4 ਨੂੰ ਬਣਾ ਲਓ A, 2 ਨੂੰ ਬਣਾ ਲਓ B। ਅਗਰ ਮੈਂ AB 'ਚ ਲਿਖਦਾ ਹੈ ਤਾਂ ਇਹਦਾ ਮਤਲਬ A ਦਾ ਸਕੇਅਰ ਹੋ ਗਿਆ, ਅਤੇ 4 ਦਾ ਇੱਥੇ ਸਕੇਅਰ ਹੋ ਗਿਆ। ਬੋਲੋ ਜੀ ਸਾਰੇ ਜਣੇ, ਕਲੀਅਰ ਹੈ? ਮੈਂ ਇੱਥੇ ਫਾਰਮੂਲੇ 'ਚ 2 ਆਪਣੇ ਕੋਲ ਆਏਗਾ ਹੀ ਆਏਗਾ, ਇਹ ਆਪਾਂ ਕੀ ਮੈਨਸ਼ਨ ਕੀਤਾ ਹੈ, 4, ਤਾਂ ਮੈਂ ਇੱਥੇ ਮਲਟੀਪਲਾਈ 'ਚ ਲਿਖ ਲਵਾਂਗਾ 4, B ਸਾਡੇ ਕੋਲ ਕੀ ਹੈ, 2, ਤਾਂ ਮੈਂ ਇੱਥੇ ਲਿਖ ਲਵਾਂਗਾ 2।
ਰਾਈਟ ਹੈ। ਫਿਰ ਇਹ 2 ਮੈਂ ਇੱਕ b ਆ ਗਿਆ ਤਾਂ b ਦਾ ਮਤਲਬ ਹੋ ਗਿਆ 2 ਦਾ ਸਕੇਅਰ। ਬੋਲੋ ਜੀ ਕਲੀਅਰ ਹੈ ਰਾਈਟ ਹੈ। ਵੋਇਸ ਲੋ ਹੈ ਤੁਹਾਡੇ ਸਿਸਟਮ ਤੋਂ, ਪਲੀਜ਼ ਥੋੜਾ ਜਿਹਾ ਕੋਸ਼ਿਸ਼ ਕਰੋ ਕਿ ਮੈਂ ਬਹੁਤ ਜ਼ੋਰ ਦੀ ਬੋਲ ਰਿਹਾ, ਤੁਸੀਂ ਥੋੜਾ ਜਿਹਾ ਵਧਾ ਲਓ ਠੀਕ ਹੈ। ਜੇਕਰ ਮੇਰੀ ਆਵਾਜ਼ ਤੁਹਾਨੂੰ ਘੱਟ ਸੁਣ ਰਹੀ ਹੈ ਤਾਂ ਤੁਸੀਂ ਆਪਣੇ ਆਪਣੇ ਸਿਸਟਮ ਤੋਂ ਥੋੜਾ ਜਿਹਾ ਇਨਕਰੀਜ਼ ਕਰ ਲਓ ਠੀਕ ਹੈ। ਹਾਂਜੀ ਆਵਾਜ਼ ਆ ਰਹੀ ਹੈ ਹੁਣ ਮੇਰੀ? ਵੈਸੇ ਤਾਂ ਮੇਰੇ ਹਿਸਾਬ ਨਾਲ ਓਕੇ ਹੋਣਾ ਚਾਹੀਦਾ। ਹਾਂਜੀ ਮੈਨੂੰ ਦੱਸਦੇ ਰਿਹਾ ਕਰੋ ਕਿ ਆਵਾਜ਼ ਹੁਣ ਥੋੜੀ ਠੀਕ ਆ ਰਹੀ ਹੈ, ਆਵਾਜ਼ ਵੋਇਸ ਹੁਣ ਥੋੜਾ ਠੀਕ ਆ ਰਹੀ ਹੈ, ਦੱਸੋ ਜੀ ਅੰਜਲੀ ਜੀ। ਹਾਂਜੀ ਓਕੇ। ਦੇਖੋ ਫਿਰ ਆਪਾਂ ਕੀ ਕਰਨਾ, 4 ਦਾ ਲਿਖ ਦਾਂਗੇ ਇੱਥੇ, 16 ਲਿਖਤਾ, 2 × 4 ਤੇ 4 ਚੌਕੇ ਕਿੰਨਾ ਹੋ ਗਿਆ 16, ਤੇ 2 × 2 ਕਿੰਨਾ ਹੋ ਗਿਆ 4। ਹਮੇਸ਼ਾ ਯਾਦ ਰੱਖਣਾ ਕਿ ਜੋ ਲਾਸਟ ਡਿਜਿਟ ਹੋਏਗਾ ਇੱਥੇ 1, 2, 3, 4, 5, 6, 7, 8, 9, 10 2 ਡਿਜਿਟ 'ਚ ਆ ਗਿਆ। ਇਸ ਨੂੰ 2 ਡਿਜਿਟ ਦੇ ਵਿੱਚ ਬਣਾ ਲਿਓ, 2 ਅੰਕਾਂ ਦੇ ਵਿੱਚ ਬਦਲ ਲਿਓ, 0 ਲਾ ਕੇ ਪਹਿਲਾਂ ਬਸ। ਹੁਣ ਜਿਹੜਾ ਲਾਸਟ ਵਿੱਚ ਡਿਜਿਟ ਹੈ ਉਹਨੂੰ ਸੇਮ ਟੂ ਸੇਮ ਲਿਖ ਦਿਓ, ਬਚੀ ਹੋਈ ਸੰਖਿਆ ਨੂੰ ਅਗਲੇ ਅੰਕਾਂ ਦੇ ਨਾਲ ਜੋੜ ਦਿਓ, ਤੇ 16 ਨੂੰ ਆਪਾਂ 0 ਦੇ ਵਿੱਚ ਜੋੜਾਂਗੇ ਤਾਂ 6 ਬਚੇਗਾ। ਕਿੰਨਾ ਆ ਗਿਆ ਜੀ ਸਾਡੇ ਕੋਲੇ ਰਾਈਟ ਹੈ ਜੀ 1, ਤੇ 1 ਨੂੰ 16 ਦੇ ਵਿੱਚ ਜੋੜਾਂਗੇ ਕਿੰਨਾ ਹੋ ਗਿਆ 17। ਇਸ ਦੇ ਨਾਲ ਦੇਖੋ ਹੁਣ ਕਿੰਨੇ ਫਾਸਟ ਤਰੀਕੇ ਨਾਲ ਅਸੀਂ ਕੀ ਕਰਾਂਗੇ, ਅਗਲਾ ਸਵਾਲ ਕਰਾਂਗੇ, ਤਾਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋਊਗੀ। ਇੱਕ ਇੱਕ ਚੀਜ਼ ਮੇਰੇ ਨਾਲ ਆ ਜਾਓ ਕਰਾ ਸਕਰੀਨ ਤੇ। ਦੇਖੋ ਮੈਂ ਕੀ ਤੁਹਾਨੂੰ ਦੱਸਾਂਗਾ, ਤੁਸੀਂ ਬੋਲਣਾ ਜੀ ਆਪਾਂ ਲਿਖਿਆ ਜੀ 47। ਅੱਛਾ ਇੱਦਾਂ ਕਰਦੇ ਹਾਂ, ਆਪਾਂ ਲਿਖਿਆ ਜੀ 24 ਦਾ ਸਕੇਅਰ ਕਰਨਾ ਹੈ, ਲਿਖ ਲਿਆ। ਤੁਸੀਂ ਇੱਥੇ ਕਨਸੈਪਟ ਕਿੱਦਾਂ ਇੰਪਲੀਮੈਂਟ ਕਰ ਸਕਦੇ ਹੋ, 2 ਦਾ ਕਰ ਦਿਓ ਜੀ ਸਕੇਅਰ, ਕਿੰਨਾ ਹੋ ਗਿਆ 4। ਫਿਰ ਇਸੇ ਹੀ 2 ਨੂੰ 4 ਨਾਲ ਕੀ ਕਰ ਦਿਓ ਮਲਟੀਪਲਾਈ, 2 ਨੂੰ 4 ਨਾਲ, ਕਿਉਂਕਿ a ਮਲਟੀਪਲਾਈ b ਹੁੰਦਾ ਹੈ, 4 ਹੋ ਗਿਆ। 2 ਆਪਾਂ ਫਾਰਮੂਲੇ 'ਚ ਲਿਖਦੇ ਹਾਂ। ਦੇਖੋ ਮੈਂ ਕੀ ਸਮਝਾਇਆ ਇੱਥੇ ਕਿ ਜੇਕਰ ਸਾਡੇ ਕੋਲ ਕੋਈ ਵੀ ਵੈਲਿਊ, ਇੱਥੇ ਦੇਖੋ ਜੀ 24 ਮੈਂ ਲਿਖ ਦਿੰਦਾ, 2 + 4 ਦਾ ਸਕੇਅਰ ਆ ਗਿਆ, 2 ਸਾਡੇ ਕੋਲ ਕੀ ਹੋ ਗਿਆ a ਵਾਲਾ ਹੋ ਗਿਆ। ਪਲੱਸ ਅਗਰ ਮੈਂ ਲਿਖ ਦਿੰਦਾ ਕਿ 2 ਫਾਰਮੂਲੇ 'ਚ ਹੋਏ, a ਨੂੰ ਬਣਾਇਆ 2, b ਨੂੰ ਬਣਾਇਆ 4, ਪਲੱਸ ਮੇਰੇ ਕੋਲ 4 ਦਾ ਸਕੇਅਰ ਆ ਗਈ ਜੀ ਗੱਲਬਾਤ। ਜੇ ਮੈਂ ਤੁਹਾਨੂੰ ਇਹੀ ਕਹਿ ਦਾਂ ਕਿ ਯਾਰ ਅਗਰ ਆਪਣੇ ਕੋਲ 24 ਹੈ ਤਾਂ ਮੈਂ ਇਹ ਕਹਿ ਦਾਂ ਵੀ 2 × 2 ਕਿੰਨਾ ਕਰ ਦਿਓ 4, ਲਿਖਤਾ ਜੀ ਆਪਾਂ ਬੱਚੇ ਇਸੇ 2 ਨੂੰ 4 ਨਾਲ ਗੁਣਾ ਕਰ ਦਿਓ, 4 × 2 ਕਿੰਨਾ ਹੋ ਗਿਆ 8 ਹੋ ਗਿਆ ਨਾ, ਤੇ 8 ਨੂੰ ਦੁੱਗਣਾ ਕਰ ਦਿਓ, ਜੋ ਵੀ ਸੰਖਿਆ 2 ਅੰਕਾਂ ਦੀ ਸੰਖਿਆ 4 × 2 = 8, ਤੇ 8 ਨੂੰ ਦੁੱਗਣਾ ਕਰ ਦਿਓ। ਜੇ 34 ਹੁੰਦਾ ਤਾਂ 4 × 3 = 12, 12 ਨਾਲ ਦੁੱਗਣਾ 24 ਹੋਣਾ ਸੀ। ਜੇ ਮੰਨ ਲਓ ਇੱਥੇ 86 ਹੁੰਦਾ ਤਾਂ 8 × 6 = 48, 48 ਦਾ ਦੁੱਗਣਾ 96 ਹੋਣਾ ਸੀ, ਤਾਂ ਦੁੱਗਣਾ ਕਰ ਦਿਓ, ਤਾਂ ਕਿੰਨਾ ਹੋ ਜਾਣਾ ਸੀ ਸਾਡੇ ਕੋਲ 4 × 8, ਤੇ ਕਿੰਨਾ ਹੋ ਗਿਆ ਵਾ 16। ਲਾਸਟ ਵਾਲੇ ਦਾ ਸਕੇਅਰ ਕਰ ਦਿਓ 4 × 16, ਦਿੱਤੀ ਗਈ ਸੰਖਿਆ ਦੇ ਅੰਤਿਮ ਅੰਕ ਨੂੰ ਸੇਮ ਟੂ ਸੇਮ ਜੋੜ ਦਿਓ, ਬਚੀ ਹੋਈ ਸੰਖਿਆ ਨੂੰ ਅਗਲੇ ਅੰਕ ਵਿੱਚ ਜੋੜ ਦਿਓ, ਤੇ ਅਗਲੀ ਸੰਖਿਆ ਨੂੰ ਅਗਲੇ ਅੰਕ ਵਿੱਚ ਜੋੜ ਦਿਓ, ਤੁਹਾਡਾ ਆਨਸਰ ਕਿੰਨਾ ਆ ਗਿਆ ਜੀ 576 ਆ ਗਿਆ। ਬੋਲੋ ਜੀ ਸਾਰੇ ਬੰਦੇ, ਗੱਲਬਾਤ ਬਣੀ ਕਿ ਨਹੀਂ ਬਣੀ? ਦੇਖੋ ਮੈਂ ਜਿਵੇਂ ਇੱਥੇ ਲਿਖਦਾ, ਇਹੀ ਤਾਂ ਚੀਜ਼ ਸਮਝਾਇਆ ਸੀਗਾ ਮੈਂ ਕਿ ਪਹਿਲੀ ਸੰਖਿਆ ਦਾ ਸਕੇਅਰ ਕਰ ਦਿਓ, ਵਿਚਾਲਣੀਆਂ ਦੋਨੋਂ ਸੰਖਿਆ ਦਾ ਗੁਣਾ ਕਰਕੇ ਬੱਚਾ 2 ਦੇ ਨਾਲ ਉਹਨੂੰ ਮਲਟੀਪਲਾਈ ਕਰ ਦਿਓ, ਦੁੱਗਣਾ ਕਰ ਦਿਓ, ਤੇ 4 × 16 ਕਰ ਦਿਓ। ਇਹੀ ਸੰਖਿਆ ਸੇਮ ਲਿਖ ਦਿਓ, ਇਸ ਨੂੰ 6 × 1 = 7 ਕਰ ਦਿਓ, 5 ਕਰ ਦਿਓ, ਤੁਹਾਡਾ ਆਨਸਰ ਆ ਗਿਆ ਜੀ। ਕਿਸੇ ਬੱਚੇ ਨੇ 1 ਤੋਂ ਲੈ ਕੇ ਅਰਬਾਂ ਖਰਬਾਂ ਤੱਕ ਦਾ ਸਕੇਅਰ ਤੁਸੀਂ ਇਸੇ ਟ੍ਰਿਕ ਨਾਲ ਕਰਨਾ ਹੈ। ਇਹ ਬੜੀ ਜ਼ਬਰਦਸਤ ਤੁਹਾਨੂੰ ਮੱਝ ਗਿੱਦੜ ਸਿੰਘੀ ਬਿੰਗ ਤੜਿੰਗੀ ਦੇਤੀ ਹੈ, ਤੁਸੀਂ ਸਾਰੇ ਬੱਚਿਆਂ ਨੇ ਇਹਨੂੰ ਯਾਦ ਰੱਖਣਾ ਠੀਕ ਹੈ। ਬਹੁਤ ਸਾਰੇ ਸਵਾਲ ਕਰਨੇ ਅਸੀਂ ਇਹਦੇ ਨਾਲ, ਫਰਜ਼ ਕਰ ਲਓ ਜੀ ਆਪਾਂ ਲਿਖ ਲਿਆ ਇੱਥੇ 36 ਦਾ ਸਕੇਅਰ,
ਕੀ ਕਰਨਾ ਬਈ 3 × 9 ਬੋਲੋ ਸਾਰੇ ਜਣੇ 3 × 9 ਕਿੰਨਾ ਹੋ ਗਿਆ 6 × 18 ਨਾਲ ਦੁੱਗਣਾ ਕਰ ਦੋ ਬਈ 18 ਦੁਗਣਾ ਕਿੰਨਾ ਹੁੰਦਾ ਜੀ 36 ਅੱਛਾ ਲਾਸਟ 6 ਦਾ ਸਕੇਅਰ ਕਰ ਦੋ ਕਿੰਨਾ ਹੋ ਗਿਆ ਜੀ 36 6 ਦਾ 6 ਸੇਮ ਲਿਖ ਦੋ ਬਚ ਗਿਆ 3 ਨੂੰ ਬਚੀ ਹੋਈ ਅਗਲੀ ਸੰਖਿਆ ਵਿੱਚ ਜੋੜ ਦੋ ਕਿੰਨੇ ਹੋ ਗਏ 9 ਕੋਈ ਹਾਸਲ ਨਹੀਂ ਹੈ 3 × 3 ਕਿੰਨੇ ਹੁੰਦੇ ਨੇ 1296 ਆਨਸਰ ਆਊਗਾ ਬੋਲੋ ਜੀ ਬਹੁਤ ਆਸਾਨੀ ਨਾਲ ਤੁਸੀਂ ਸਕੇਅਰ ਕਰ ਸਕਦੇ ਹੋ ਦੇਖੋ ਅਗਲੀ ਗੱਲ ਹੋਰ ਪਹੁੰਚਦੇ ਹਾਂ ਅੱਗੇ ਮੁੱਦੇ ਤੇ ਫਰਜ਼ ਕਰ ਲਓ ਕਿ ਸਾਨੂੰ ਪੇਪਰ ਵਿੱਚ ਕਹਿ ਦਿੱਤਾ ਗਿਆ ਕਿ 44 ਦਾ ਤੁਸੀਂ ਸਕੇਅਰ ਕਰਕੇ ਦਿਖਾਓ ਤਾਂ ਅਸੀਂ ਇੱਥੇ ਕਰ ਸਕਦੇ ਹਾਂ ਇਹ ਸਾਡੀ ਕੈਲਕੂਲੇਸ਼ਨ ਤੇ ਡਿਪੈਂਡ ਕਰਦਾ ਵੈਰੀ ਗੁੱਡ ਈਵਨਿੰਗ ਕਿ ਦੇਖੋ 4 × 4 ਕਿੰਨਾ ਹੋ ਗਿਆ 16 4 × 4 16 16 ਦੁਣਾ ਕਿੰਨਾ ਕਰ ਦੋ 32 ਫਿਰ ਅੰਤਿਮ ਅੰਕ ਦਾ ਫਿਰ ਸਕੇਅਰ ਕਰ ਦੋ 16 ਲਿਖਤਾ ਜੀ ਦੇਖੋ ਸਭ ਤੋਂ ਪਹਿਲਾਂ ਜੋ ਅੰਤਿਮ ਅੰਕ ਹੈ ਉਹਨੂੰ ਸੇਮ ਟੂ ਸੇਮ ਲਿਖ ਦਿਓ ਉਹਦੇ ਨਾਲ ਜਿਹੜਾ ਵੀ ਇੱਥੇ ਸੰਖਿਆ ਬਚ ਗਈ ਨਾ ਅੰਕ ਬਚ ਗਿਆ ਉਸ ਨੂੰ ਅਗਲੇ ਅੰਕ ਦੇ ਨਾਲ ਜੋੜ ਦਿਓ 2 ਦੇ ਨਾਲ 3 2 ਦੇ ਨਾਲ 1 ਜੋੜਿਆ 3 ਇਹ ਬਚ ਗਿਆ 3 ਨੂੰ 6 16 'ਚ ਜੋੜ ਦਿਓ ਕਿੰਨਾ ਹੋ ਗਿਆ 19 ਹਲੋ ਜੀ ਕਲੀਅਰ ਹੈ ਜੀ ਵੈਰੀ ਗੁੱਡ ਈਵਨਿੰਗ ਖੈਰ ਮਗਦਮ ਹੈ ਜੀ ਤੁਹਾਡਾ ਖਾਸ ਰੰਗਾ ਰੰਗ ਪ੍ਰੋਗਰਾਮ ਦੇ ਵਿੱਚ ਵੈਰੀ ਗੁੱਡ ਬਿਲਕੁਲ ਠੀਕ ਹੈ ਆ ਜਾਓ ਕਰਾਂ ਤੁਸੀਂ ਤੇਜ਼ ਕਰਦੇ ਹੋ ਕਿ ਮੈਂ ਤੇਜ਼ ਕਰਦਾ ਗੱਲਬਾਤ ਤਾਂ ਤੁਹਾਨੂੰ ਸਮਝ ਆਉਣੀ ਚਾਹੀਦੀ ਹੈ ਸਾਰਿਆਂ ਨੂੰ ਅੱਛਾ ਵਧੀਆ ਫਿਰ ਸਿਲਸਿਲੇ ਦੇ ਵਿੱਚ ਅੱਗੇ ਨੂੰ ਆਪਾਂ ਮਾਰੀਏ ਛਾਲ 38 ਦਾ ਮੰਨ ਲਓ ਫਰਜ਼ ਕਰ ਲਓ ਸਕੇਅਰ ਕਰਨਾ ਹੈ 38 ਦਾ ਆਪਾਂ ਕੀ ਕਰਨਾ ਹੈ ਸਕੇਅਰ ਕਰਨਾ ਹੈ ਕਿਵੇਂ ਕਰਨਾ ਹੈ ਜੀ ਧਿਆਨ ਨਾਲ ਸਮਝੋ ਜਰਾ 38 ਦਾ ਆਪਾਂ ਸਕੇਅਰ ਕਿਵੇਂ ਕਰਨਾ ਹੈ ਕਿ ਪਹਿਲਾਂ ਇਸ ਪਹਿਲੀ ਦਿੱਤੀ ਗਈ ਸੰਖਿਆ ਦਾ ਦੇਖੋ 3 ਦਾ ਸਕੇਅਰ ਕਰ ਲਓ 3 × 3 ਕਿੰਨਾ ਹੋ ਗਿਆ 9 ਆਹ ਲਾ ਲਿਆ ਡੰਡਾ 6 × 3 18 ਦੋਨਾਂ ਸੰਖਿਆ ਜਿਹੜੀਆਂ ਅੰਦਰ ਵਾਲੀਆਂ ਦਾ ਕਰ ਦਿਓ ਗੁਣਾ 6 × 3 18 ਮਾਫ ਕਰਨਾ 8 × 3 24 8 × 3 24 24 ਦਾ ਦੁੱਗਣਾ ਕਰ ਦਿਓ ਜੀ ਕਿੰਨਾ ਹੁੰਦਾ 48 ਲਿਖਤਾ ਜੀ ਫਿਰ 8 ਦਾ ਸਕੇਅਰ ਕਰ ਦਿਓ 8 × 8 14 ਬਚੀ ਗਈ ਸੰਖਿਆ ਦਾ ਅੰਤਿਮ ਅੰਕ ਜੋੜ ਦਿਓ 6 ਨੂੰ 8 ਵਿੱਚ ਜੋੜਿਆ 14 ਬਚ ਗਿਆ 1 ਤੇ ਕਿੰਨਾ ਹੋ ਗਿਆ 13 ਤੇ ਕਿੰਨਾ ਹੋ ਗਿਆ 14 ਤੁਹਾਡਾ ਆਨਸਰ ਆ ਗਿਆ 14 × 44 ਕਲੀਅਰ ਹੈ ਜੀ ਗੱਲਬਾਤ ਸੋ ਇਸ ਤਰੀਕੇ ਨਾਲ ਅਸੀਂ ਦੇਖੋ ਸਕੇਅਰ ਸਾਰੇ ਯਾਦ ਕਰ ਲੈਣੇ ਆ ਕੋਈ ਵੀ ਅੱਜ ਤੁਹਾਨੂੰ ਕਵੇ ਨਾ ਕੋਈ ਟੀਚਰ ਕਵੇ ਵੀ ਚਲੋ ਯਾਦ ਕਰਕੇ ਆਓ ਕੱਲ੍ਹ 40 ਤੱਕ 45 ਤੱਕ ਨਹੀਂ ਯਾਰ ਜ਼ਮਾਨਾ ਬਦਲ ਗਿਆ ਠੀਕ ਹੈ ਇਸ ਲਈ ਮੈਂ ਕਹਿਤਾ ਹਾਂ ਕਿ ਕਾਮ ਕਰੋ ਕੁਛ ਐਸਾ ਕਾਮ ਕਰੋ ਕੁਛ ਐਸਾ ਕਿ ਪਹਿਚਾਨ ਬਣ ਜਾਏ ਕਾਮ ਕਰੋ ਕੁਛ ਐਸਾ ਕਿ ਪਹਿਚਾਨ ਬਣ ਜਾਏ ਨਾਮ ਕਰੋ ਐਸਾ ਕਿ ਤੁਮੇ ਦੁਨੀਆ ਪਹਿਚਾਨ ਕਰੇ ਯੂ ਜ਼ਿੰਦਗੀ ਤੋਂ ਯਾਰ ਹਰ ਕੋਈ ਕਾਟ ਹੀ ਲੇਤਾ ਹੈ ਜ਼ਿੰਦਗੀ ਤੋਂ ਯੂੰ ਹਰ ਕੋਈ ਕਾਟ ਹੀ ਲੇਤਾ ਹੈ ਕਦਮ ਚਲੋ ਐਸੇ ਕਿ ਤੁਹਾਡੀ ਪਹਿਚਾਨ ਬਣ ਜਾਏ ਸਮਾਂ ਹੈ ਬਹੁਤ ਕਮ ਹਮਾਰੇ ਪਾਸ ਸਮਾਂ ਹੈ ਬਹੁਤ ਕਮ ਹਮਾਰੇ ਪਾਸ ਕਰ ਲਓ ਜੋ ਅਭੀ ਕਰਨਾ ਹੈ ਤਾਂ ਕਿ ਰਹਿਤੀ ਦੁਨੀਆ ਮੈਂ ਆਪਕਾ ਨਾਮ ਬਣ ਜਾਏ ਠੀਕ ਹੈ ਤੋ ਇਹ ਗੱਲ ਯਾਦ ਰੱਖਣੀ ਹੈ ਚਲੋ ਜੀ ਦੇਖੋ ਹੁਣ ਅਗਲੇ ਪ੍ਰਸ਼ਨ ਤੇ ਆਓ ਕਰਾਂ ਵੱਡੀਆਂ ਵੱਡੀਆਂ ਸੰਖਿਆਵਾਂ ਕਰਦੇ ਹਾਂ ਅਸੀਂ ਐਗਜ਼ਾਮਪਲ ਦੇ ਤੌਰ ਤੇ ਮੰਨ ਲਓ ਕਿ ਸਾਨੂੰ ਇੱਥੇ ਦੇਤਾ ਜੀ ਇਹਨਾਂ ਨੇ 57 ਦਾ ਸਕੇਅਰ ਕਰਨਾ ਹੈ ਆਪਾਂ 5 ਹੈ 5 ਦਾ ਸਕੇਅਰ ਕਰ ਦਿਓ ਕਿੰਨਾ ਆ ਗਿਆ 25 7 × 5 = 35 35 ਦਾ ਦੁੱਗਣਾ ਕਰ ਦਿਓ 70 ਪਿਛਲੇ 7 × 7 = 49 ਕਿੰਨਾ ਆ ਗਿਆ ਵੀ 9 4 ਨੂੰ ਇਹਦੇ ਵਿੱਚ ਜੋੜਾਂਗੇ 4 25 ਦੇ ਵਿੱਚ 7 ਜੋੜੇ ਕਿੰਨਾ ਹੋ ਗਿਆ 32 ਆਲੋ ਜੀ ਰਾਈਟ ਹੈ ਜੀ ਗਿਣ ਕੇ ਨਾ ਗਿਣ ਕੇ 5 ਤੋਂ 7 ਸਕਿੰਟ ਲੱਗਦੇ ਨੇ ਸਾਰੇ ਚਲੋ ਮੰਨ ਲਓ ਜੀ ਆਪਾਂ ਇੱਥੇ ਐਂ ਕਰਦੇ ਹਾਂ 67 ਦਾ ਸਕੇਅਰ ਲੈ ਲੈਂਦੇ ਵੱਡੀ ਸੰਖਿਆ ਦਾ ਲੈ ਲੈਂਦੇ ਆ ਵੱਡੀ ਸੰਖਿਆ ਦਾ ਕਰੀਏ ਜੀ ਆਪਾਂ ਲਓ ਸ਼ਕਤੀਆਂ ਦਾ ਇਸਤੇਮਾਲ ਕਰਨਾ ਸਿਰਫ 6 ਦਾ ਸਕੇਅਰ ਕਰ ਦਿਓ 36 7 × 42 7 ਦੇਖੋ 6 ਤੇ 7 ਦਾ ਮਲਟੀਪਲਾਈ ਕਰੋ 7 × 42 ਕ੍ਰੋਸ ਗੁਣਾ ਕਰ ਦਿਓ ਉਸੇ ਦਾ ਦੁੱਗਣਾ ਕਰ ਦਿਓ ਕਿੰਨਾ ਹੋ ਗਿਆ ਜੀ 42 × 84 7 × 7 ਹੋ ਗਿਆ 49 ਇਹ 9 ਇੱਥੇ ਲਿਖ ਦਈਏ 4 ਨੂੰ 4 'ਚ ਜੋੜ ਦਿਓ 8 ਹੈ ਇਹਨੂੰ ਇਹਦੇ 'ਚ ਜੋੜ ਦਿਓ ਆਲੋ ਜੀ ਆਨਸਰ ਹੋ ਗਿਆ ਲਓ ਬਾਬੇ
ਬੋਲੋ ਜੀ, ਗੱਲਬਾਤ ਕਰੋ ਕਰਾ ਸਿੱਧੇ ਹੋ ਕੇ ਮੇਰੇ ਨਾਲ। ਹਾਂਜੀ ਬਿਲਕੁਲ ਕਲੀਅਰ ਹੈ। ਜੇਕਰ ਇਹ ਸਾਰਿਆਂ ਨੂੰ ਬਿਲਕੁਲ ਠੀਕ ਲੱਗ ਰਿਹਾ ਥੰਬਸ ਅਪ ਕਰਕੇ ਤੁਸੀਂ ਜ਼ਰੂਰ ਸੈਸ਼ਨ ਨੂੰ ਲਾਈਕ ਕਰਨਾ, ਸ਼ੇਅਰ ਜ਼ਰੂਰ ਕਰ ਦਿਓ ਤੁਹਾਡੇ ਅੜੋਸ ਪੜੋਸ ਦੇ ਵਿੱਚ, ਤੁਹਾਡੀ ਵਜ੍ਹਾ ਨਾਲ ਕਿਸੇ ਰਾਈਟ ਬੱਚੇ ਤੱਕ ਰਾਈਟ ਐਜੂਕੇਸ਼ਨ ਚਲੀ ਜਾਏਗੀ, ਬਹੁਤ ਜ਼ਰੂਰੀ ਹੈ। ਗੱਲਬਾਤ ਕਲੀਅਰ ਹੋ ਰਹੀ ਹੈ? ਦੇਖੋ ਹੋਰ ਆ ਜਾਓ ਖੜਾ, ਤੁਹਾਨੂੰ ਦੋ ਪ੍ਰਸ਼ਨ ਦਿੰਦਾ ਮੈਂ ਕਿਹੜਾ ਕਿਹੜਾ ਕਰ ਸਕਦਾ, ਜਿੰਨਾ ਫਾਸਟ ਕਰ ਸਕਦੇ ਹੋ ਓਨਾ ਹੀ ਫਾਸਟ ਕਰਨਾ। 74 ਦਾ ਸਕੇਅਰ ਹੋ ਗਿਆ ਜੀ, ਦੂਸਰਾ ਮੈਂ ਲਿਖਾਉਣਾ ਤੁਹਾਨੂੰ 94 ਦਾ ਸਕੇਅਰ। ਆ ਜਾਓ ਖੜਾ, ਜਿੰਨਾ ਫਾਸਟ ਤੁਸੀਂ ਕਰ ਸਕਦੇ ਹੋ ਓਨਾ ਹੀ ਫਾਸਟ ਕਰਨਾ ਜੀ, ਰਾਈਟ ਹੈ? ਜਿੰਨਾ ਫਾਸਟ ਤੁਸੀਂ ਕਰ ਸਕਦੇ ਹੋ ਓਨਾ ਹੀ ਫਾਸਟ ਕਰਨਾ ਹੈ। 74 ਦਾ ਸਕੇਅਰ ਹੈ, 94 ਦਾ ਸਕੇਅਰ ਹੈ। ਹੁਣ ਤੁਹਾਡੇ ਚੋਂ ਕਈ ਬੱਚੇ ਐਂ ਕਹਿਣਗੇ ਕਿ ਸਰ ਇਹ ਤਾਂ ਜੀ ਬਹੁਤ ਜ਼ਿਆਦਾ ਜਵਾਕਾਂ ਵਾਲੇ ਸਵਾਲ ਹੈ। ਨਹੀਂ ਯਾਰ, ਜਵਾਕਾਂ ਵਾਲੇ ਸਵਾਲ ਹੈ ਨਾ ਤਾਂ ਪੇਪਰਾਂ 'ਚ ਮੈਥ 10ਵੀਂ ਲੈਵਲ ਦਾ ਆਉਂਦਾ, ਫਿਰ ਸਾਨੂੰ ਫਿਰ ਨਵੀਆਂ ਕੋਚਿੰਗਾਂ ਕਰਨ ਦੀ ਕੀ ਲੋੜ ਪੈਂਦੀ ਹੈ, ਹੈ ਨਾ? ਪੰਜਾਬੀ 'ਚ ਤਾਂ ਆਪਾਂ ਊੜਾ ਆੜਾ ਤੋਂ ਲੈ ਕੇ ਹੁਣ ਤੱਕ ਪੰਜਾਬੀ ਪੜ੍ਹੇ ਹਾਂ, ਪਰ ਪੰਜਾਬੀ 'ਚ ਸਾਡਾ 32% ਪਾਸਿੰਗ ਹੈ ਐਸ ਐਸ ਬੋਰਡ ਵਾਲੇ ਪੇਪਰ 'ਚ, ਡੋਲੂ ਮਾਂਝਾ ਜਾ ਰਿਹਾ ਸਾਰਿਆਂ ਦਾ। ਵੈਰੀ ਗੁੱਡ, ਬਿਲਕੁਲ ਠੀਕ ਹੈ ਜੀ, ਗੁੱਡ 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 ਗੁੱਡ, ਕੀਪ ਇਟ ਅਪ, ਜਾਰੀ ਰੱਖੋ ਜੀ। ਆਂਸਰ ਸਾਰਿਆਂ ਨੇ ਦੇਣੇ ਹੈ, ਆਂਸਰ ਤੁਸੀਂ ਵੀ ਕਰਨੇ ਆ ਸਾਰਿਆਂ ਨੇ। ਦੇਖੋ ਕਿੱਦਾਂ ਮੈਂ ਤੁਹਾਨੂੰ ਕੀ ਸਮਝਾਇਆ ਕਿ ਸਰ ਹੈ ਸੱਤ, ਪਹਿਲੀ ਸੰਖਿਆ ਦਾ ਸਕੇਅਰ ਕਰ ਦਿਓ, 7 × 7 = 49 ਹੋ ਗਿਆ, ਠੀਕ ਹੈ। 7 × 2 = 28, 28 ਦਾ ਦੁੱਗਣਾ ਕਰ ਦਿਓ ਕਿੰਨਾ, 56 ਹੋ ਗਿਆ। ਫਿਰ ਦੇਖੋ 4 ਹੈ, 4 ਦਾ ਸਕੇਅਰ ਕਰ ਦਿਓ 16, ਇਸੇ ਸੰਖਿਆ ਨੂੰ 6 ਲਿਖ ਦਿਓ, 1 ਬਚ ਗਿਆ, 1 ਨੂੰ 6 ਦੇ ਵਿੱਚ ਜੋੜਾਂਗੇ ਕਿੰਨਾ ਹੋ ਗਿਆ 7, 5 ਨੂੰ 49 ਚ ਜੋੜਾਂਗੇ ਕਿੰਨਾ ਹੋ ਗਿਆ ਤੁਹਾਡੇ ਕੋਲੇ 54। ਹਾਂਜੀ ਕਲੀਅਰ ਹੈ ਜੀ, ਆਰਾਮ ਨਾਲ ਤੁਸੀਂ ਕਰ ਸਕਦੇ ਹੋ। ਵੈਰੀ ਗੁੱਡ, ਹੁਣ ਆਹ ਸੰਖਿਆ ਹੈ, ਸਭ ਤੋਂ ਪਹਿਲਾਂ 9 ਦਾ ਸਕੇਅਰ ਕਰਾਂਗੇ ਕਿੰਨਾ ਹੋਏਗਾ 81, ਫਿਰ 9 ਨੂੰ 4 ਨਾਲ 9 × 36, 36 ਦਾ ਦੁੱਗਣਾ ਕਰ ਦਿਓ, 36 × 72 ਆ ਗਿਆ। ਫਿਰ 4 ਦਾ ਕਰ ਦਿਓ ਸਕੇਅਰ ਕਿੰਨਾ ਹੋ ਗਿਆ ਜੀ 16, ਇਹਨੂੰ ਇੱਥੇ ਲਿਖ ਲਓ, 1 ਬਚ ਗਿਆ, ਇਹਨੂੰ 2 ਦੇ ਵਿੱਚ ਜੋੜ ਦਿਓ, 7 ਨੂੰ 81 ਚ ਜੋੜ ਦਿਓ। ਆ ਲਓ ਜੀ, ਬੋਲੋ ਜੀ, ਵੈਰੀ ਗੁੱਡ, 88, 36 ਤੇ 54 ਆਂਸਰ ਆ ਗਿਆ ਜੀ ਸਾਡਾ, ਗੁੱਡ। ਇਸੇ ਅਪਰੋਚ ਨਾਲ ਆਪਾਂ ਸਾਰੇ ਕੁਐਸਚਨ ਸਿੱਖਣੇ, ਬਹੁਤ ਸਾਰੀਆਂ ਚੀਜ਼ਾਂ ਸਿੱਖਣੀਆਂ। ਮਲਟੀਪਲੀਕੇਸ਼ਨ ਸਿਖਾਊਂਗਾ, 2-2 ਡਿਜਿਟ, 3-3 ਡਿਜਿਟ, 4-4 ਡਿਜਿਟ ਤੱਕ ਸਿਖਾਊਂਗਾ, ਠੀਕ ਹੈ? ਮਤਲਬ ਤੁਸੀਂ ਸਮਝ ਲਓ ਵੀ ਤੁਹਾਨੂੰ ਮੈਂ ਗੋਲੀ ਵਾਲੇ ਬੱਤੀ ਵਿੱਚ ਸੋਡਾ ਪਾ ਪਾ ਕੇ ਪਿਆਈ ਜਾਣਾ ਗਰਮੀਆਂ ਦੇ ਵਿੱਚ, ਅਤੇ ਤੁਸੀਂ ਵਧੀਆ ਵਧੀਆ ਤਰੀਕੇ ਨਾਲ ਸਵਾਲ ਕਰਦੇ ਰਹਿਣਾ। ਆ ਜਾਓ ਕਰਾਂ, ਹੁਣ ਅੱਗੇ ਚੱਲਦੇ ਹਾਂ ਆਪਾਂ, ਕਰਾਂ ਗੱਲਬਾਤ ਹੋਰ ਸਿੱਖਦੇ ਹਾਂ ਕਰਾਂ, ਕਿ ਮੰਨ ਲਓ ਕਿ ਸਾਨੂੰ ਇਸ ਤਰੀਕੇ ਦੇ ਕੁਐਸਚਨ ਆ ਗਏ, ਹੁਣ ਜਿੰਨੇ ਵੀ ਤਰੀਕੇ ਦੇ ਆ ਕਿ ਸਾਡੇ ਕੋਲ ਆ ਗਿਆ ਜੀ 75 ਦਾ, ਤੁਸੀਂ ਸਕੇਅਰ ਕਰੋ, ਠੀਕ ਹੈ ਜੀ? ਵੈਸੇ ਤਾਂ ਦੇਖੋ 5 ਦਾ ਜਿਹੜਾ ਵੀ ਸਕੇਅਰ ਹੈ ਉਹਦੇ 'ਤੇ ਤੁਸੀਂ ਇੱਕ ਵੱਖਰੀ ਟ੍ਰਿਕ ਲਾ ਸਕਦੇ ਹੋ। ਫਰਜ਼ ਕਰ ਲਓ ਕਿ ਜਿਵੇਂ 15 ਦਾ ਸਕੇਅਰ ਹੈ, ਇਹਦਾ ਕੇਸ ਹੈ, ਇੱਕ ਕੇਸ ਸਮਝਾਊਂਗਾ ਤੁਹਾਨੂੰ ਮੈਂ ਸਾਰਿਆਂ ਨੂੰ, ਪੂਰੀ ਜ਼ਿੰਦਗੀ 'ਚ ਤੁਹਾਨੂੰ ਸਮਝ ਆਏਗਾ, ਆਨੰਦ ਬਹੁਤ ਆਏਗਾ ਇਹਨਾਂ ਚੀਜ਼ਾਂ 'ਚ। ਮੰਨ ਲਓ ਕਿ ਜਿਵੇਂ 46 ਨੂੰ 44 ਨਾਲ ਮਲਟੀਪਲਾਈ ਕਰਨਾ ਹੈ, ਮੰਨ ਲਓ ਕਿ 46 ਨੂੰ 44 ਨਾਲ ਮਲਟੀਪਲਾਈ ਕਰਨਾ, ਛੱਡੋ ਕਰਾਂ ਬਾਬੇ ਸਕੇਅਰ ਦਾ ਕੰਮ, ਤੁਹਾਨੂੰ ਕਰਾਂ ਮੈਂ ਵੱਖਰੀ ਜਿਹੀ ਚੀਜ਼ ਸਿਖਾਉਣਾ ਹੈ। ਤੁਸੀਂ ਕਹੋਗੇ ਸਰ 68 ਹੀ ਆ ਗਏ, ਤਾਂ ਮੈਂ ਇੱਥੇ ਹਾਸੀਆਂ ਖੇਡੀਆਂ ਕਰਦੇ ਨੇ ਤੁਹਾਡੇ ਨਾਲ ਮਲਟੀਪਲਾਈ ਕਰ ਦੇਣਾ। ਆ ਲਓ ਜੀ, ਮੈਂ ਇੱਥੇ ਲਿਖਤਾ ਜੀ ਆਹ ਲਿਖਤਾ ਜੀ, ਤੁਸੀਂ ਕਹਿਣਾ ਸਰ ਇਹ ਕੀ ਕਰੀ ਜਾਂਦੇ ਹੋ, ਮੈਂ ਕਹਿਣਾ ਬਸ ਇਹੀ ਤਾਂ ਤੁਹਾਨੂੰ ਸਿਖਾਉਣਾ ਮੈਂ, ਕੁਛ ਨਹੀਂ ਕਰਨਾ, ਸਵਾਲ ਸਮਝੋ, ਦੇਖੋ, ਕਰੋ, ਬਸ ਸ਼ਕਤੀਆਂ ਲਾਉਂਦੇ ਜਾਓ, ਸ਼ਕਤੀਆਂ ਦਾ ਕੰਮ ਜ਼ਰੂਰੀ ਹੈ ਸਾਡੇ ਤੱਕ। ਜੇਕਰ ਤੁਹਾਨੂੰ ਸ਼ਕਤੀਆਂ ਆਉਂਦੀਆਂ ਹੈ ਤਾਂ ਤੁਸੀਂ ਸਵਾਲ ਐਂ ਕਰ ਸਕਦੇ ਹੋ, 2-2, 3-3 ਅੰਕਾਂ ਦੀ ਮਲਟੀਪਲਾਈ ਤੁਹਾਨੂੰ ਸਿਖਾਊਂਗਾ ਮੈਂ। ਗੁੱਡ, ਵੈਰੀ ਗੁੱਡ, ਬਹੁਤ ਵਧੀਆ, ਆ ਜਾਓ ਕਰਾਂ ਸਿਖਾਵਾਂ, ਪਹਿਲਾਂ ਤਾਂ ਤੁਹਾਨੂੰ ਸਕੇਅਰ ਵਾਲਾ ਕੇਸ। ਦੇਖੋ ਜੀ, ਇੱਥੇ ਲਿਖ ਲੈਂਦੇ ਆਪਾਂ 75 ਦਾ ਸਕੇਅਰ, 7 ਦਾ ਕੀਤਾ 49,
35 35 ਦਾ ਦੁੱਗਣਾ ਕੀਤਾ 70 ਪਿਛਲੇ 5 ਦਾ ਕਰ ਦੋ ਕਿੰਨਾ ਆ ਗਿਆ 5 5 25 ਬਈ ਦੇਖੋ ਇਹ ਹੋ ਗਿਆ ਆਪਣੇ ਪਾਸ 5 ਇਸ 2 ਕੋ 0 ਮੇ ਜੋੜेंगे ਤੋ ਕਿਤਨਾ ਬਣ ਜਾਏਗਾ 2 ਬਚ ਗਏ 7 ਕੋ ਇਸ ਮੇ ਜੋੜेंगे ਤੋ ਹਮਾਰੇ ਪਾਸ ਕਿਤਨਾ ਬਣ ਜਾਏਗਾ ਇਹ 56 ਰਾਈਟ ਹੈ ਜੀ ਤੋ ਇਹ ਆਪਣਾ ਆਨਸਰ ਹੋ ਗਿਆ ਅਗਰ ਮੰਨ ਲਓ ਆਪਨੇ ਐਗਜ਼ਾਮਪਲ ਕੇ ਤੌਰ ਕੀ ਬਾਤ ਹੈ ਐਗਜ਼ਾਮਪਲ ਕੇ ਤੌਰ ਕੀ ਬਾਤ ਹੈ ਪੇਪਰ ਮੇ ਆ ਗਿਆ ਆਪਕੋ ਕਿ 84 ਕਾ ਸਕੁਅਰ ਕਰੇ ਸਬਸੇ ਪਹਿਲੇ ਇਸਕਾ ਕਰ ਲੋ 8 8 64 ਹੋ ਗਿਆ 8 ਚੋਕਾ 32 32 ਦਾ ਦੁੱਗਣਾ ਕਰ ਦੋ 64 ਹੋ ਗਿਆ 4 ਦਾ ਸਕੁਅਰ ਕਰ ਦੋ 16 ਹੋ ਗਿਆ ਇਹ ਲਿਖ ਦੋ 6 ਇੱਕ ਸੰਖਿਆ ਬਚੀ ਹੋਈ ਅਗਲੇ ਦੇਖੋ ਹਾਂ ਸਲਵਾ ਸਲ ਜੀ ਜੋੜ ਦਿਆ ਕਰੋ ਛੋਟੇ ਛੋਟੇ ਜਵਾਬ ਕਹਿ ਦਿੰਦੇ ਨਾ ਇੱਕ ਕੈਰੀ ਬਚ ਗਈ ਇਹ 6 ਦੇ ਵਿੱਚ ਇਹਨੂੰ ਜੋੜਾਂਗੇ ਤਾਂ ਸਾਡੇ ਕੋਲੇ ਕਿੰਨਾ ਹੋ ਜਾਏਗਾ 70 ਆ ਲੋ ਜੀ ਆਨਸਰ ਹੋ ਗਿਆ ਬਿਲਕੁਲ ਠੀਕ ਹੈ ਜੇਕਰ ਤੁਹਾਨੂੰ ਗੱਲਬਾਤ ਸਮਝ ਆ ਗਈ ਤਾਂ ਇਦਾਂ ਥੰਬਸ ਅਪ ਕਰਕੇ ਦੱਸ ਦਿਓ ਕਿ ਬਿਲਕੁਲ ਠੀਕ ਹੈ ਗੱਲਬਾਤ ਕਲੀਅਰ ਹੈ ਰਾਈਟ ਹੈ ਜੀ ਤਾਂ ਪੂਰੇ ਸਕੇਅਰ ਤੁਹਾਡਾ ਇਹੀ ਅੱਜ ਦਾ ਟਾਸਕ ਰਹੇਗਾ ਕਿ ਅਪ ਟੂ 100 ਤੱਕ ਦੀਆਂ ਤੁਸੀਂ ਨੇਰੀਆਂ ਠਾ ਦਿਓ ਅਪ ਟੂ 100 ਤੱਕ ਦੀਆਂ ਨੇਰੀਆਂ ਠਾ ਦਿਓ ਤੁਸੀਂ ਵੀ ਕਰੋ ਤੁਹਾਡੇ ਘਰ ਦੇ ਨਿਆਣਿਆਂ ਨੂੰ ਵੀ ਸਿਖਾਓ ਸਕੂਲਾਂ 'ਚ ਰੱਟੇ ਨਹੀਂ ਮਾਰਨਗੇ 1 ਦੂਣੀ 2 ਦੂਣੀ 2 ਦੂਣੀ 4 3 ਦੂਣੀ 6 ਕੰਮ ਖਤਮ ਕਰ ਦਿਓ ਤੁਸੀਂ ਇਹ ਸਾਰੇ ਸਕੇਅਰ ਬੱਚਿਆਂ ਨੂੰ ਤਰੀਕਾ ਸਿਖਾ ਦਿਓ ਬਸ ਸਕੂਲਾਂ ਦੇ ਵਿੱਚ ਮੈਡਮਾਂ ਨੂੰ ਭੰਬਲ ਭੂਸੇ ਪਾਈ ਰੱਖਣਗੇ ਹੈ ਦੋ ਕੁ ਸਵਾਲ ਪਾ ਤੇ ਤੁਹਾਡੇ ਘਰ ਦੇ ਨਿਆਣੇ ਨੇ ਚੱਕ ਕੇ ਸਭ ਤੋਂ ਪਹਿਲਾਂ ਵੱਡੀ ਉਂਗਲ ਕਰ ਦੇਣੀ ਹੈ ਕਹਿਣਾ ਹਾਂਜੀ ਜੀ ਰਾਈਟ ਦੇਖਿਓ ਕਿਵੇਂ ਆ ਜਾਓ ਹੁਣ ਅਗਲੀ ਗੱਲ ਕਰਦੇ ਹਾਂ ਦੇਖੋ ਜੀ ਮੈਂ ਇੱਕ ਸਿਲਸਿਲਾ ਸਿਖਾਉਣ ਜਾ ਰਿਹਾ ਤੁਹਾਨੂੰ ਦੇਖੋ ਮੈਂ ਇੱਥੇ ਲਿਖਿਆ ਜੀ 24 × 26 ਮੈਂ ਇੱਥੇ ਲਿਖ ਲੈਣਾ ਜੀ 76 × 74 ਮੈਂ ਦਿੱਤੀ ਗਈ ਸੰਖਿਆ ਲਿਖ ਲੈਣਾ 53 × 57 ਰਾਈਟ ਹੈ ਜੀ ਅੱਛਾ ਜੀ ਮੈਂ ਇੱਥੇ ਲਿਖ ਲੈਣਾ ਜੀ ਫਰਜ਼ ਕਰ ਲਓ 61 × 69 ਮੈਂ ਇੱਥੇ ਲਿਖ ਲੈਣਾ 94 × 96 ਮੈਂ ਇੱਥੇ ਲਿਖ ਲਿਆ ਜੀ 73 × 77 ਹੁਣ ਦੇਖੋ ਆਪਾਂ ਇਹਨੂੰ ਮਤਲਬ ਕਿ ਕਿਵੇਂ ਕਰਨਾ ਆਪਾਂ ਇਹਨਾਂ ਮੈਂ ਕਹਿੰਦਾ ਵੀ ਤੁਸੀਂ ਹਿਸਾਬ ਲਾ ਲਓ ਵੀ ਜਦੋਂ ਤੁਹਾਨੂੰ ਮੀਂਹ ਪੈਂਦਾ ਹੋਵੇ ਤੇ ਜਲੇਬੀਆਂ ਜਾਂ ਪਕੌੜੇ ਬਣਦੇ ਹੁਣ ਤਾਂ ਉਹਦਾ ਸਵਾਦ ਕਿੰਨਾ ਤਕੜਾ ਹੈ ਗੱਲਾਂ ਕਰਦੇ ਕਰਦੇ ਕਰ ਦੋ ਵੀ ਕਿਵੇਂ ਕਰ ਦੇਣਾ ਆਪਾਂ ਬਸ ਹਾਸਾ ਖੇਡਾ ਆ ਲਓ ਜੀ 624 ਆਨਸਰ ਆ ਗਿਆ ਇਹਦਾ ਮੈਂ ਲਿਖਤਾ 5624 ਆਨਸਰ ਆਏਗਾ ਅੱਛਾ ਇਹਦਾ ਮੈਂ ਲਿਖਤਾ ਜੀ ਆ ਆਨਸਰ ਚੈੱਕ ਕਰੋ ਤੁਸੀਂ ਗੂਗਲ ਨਾਲੋਂ ਜ਼ਿਆਦਾ ਤੇਜ਼ ਤੁਹਾਨੂੰ ਮੈਂ ਕਰ ਦੇਣਾ ਇਹ 42 09 ਆਨਸਰ ਆਊਗਾ ਅੱਛਾ ਜੀ ਇਹ ਆਏਗਾ ਤੁਹਾਡੇ ਕੋਲੇ 90 24 ਆਏਗਾ ਤੇ ਇਹ ਤੁਹਾਡੇ ਕੋਲੇ ਆਏਗਾ 56 21 ਬੋਲੋ ਜੀ ਚੈੱਕ ਕਰ ਲਓ ਜੀ ਕਿੱਦਾਂ ਆਏਗਾ ਇਹ ਚੀਜ਼ਾਂ ਤੁਹਾਨੂੰ ਸਿਖਾਉਣੀਆਂ ਮੈਂ ਇਹ ਚੀਜ਼ਾਂ ਸਿਖਾਉਣ ਦੇ ਲਈ ਸਭ ਤੋਂ ਪਹਿਲਾਂ ਇੱਕ ਚੀਜ਼ ਦਾ ਧਿਆਨ ਦੇਣਾ ਹੈ ਦੋ ਅੰਕਾਂ ਦੀ ਸੰਖਿਆ ਹੋਣੀ ਬਹੁਤ ਜ਼ਰੂਰੀ ਹੈ ਦੋ ਅੰਕਾਂ ਦੀ ਸੰਖਿਆ ਹੋਣੀ ਬਹੁਤ ਜ਼ਰੂਰੀ ਹੈ ਦੋ ਅੰਕਾਂ ਦੀ ਸੰਖਿਆ ਹੋਣੀ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲੀ ਚੀਜ਼ ਯਾਦ ਰੱਖਣਾ ਹੈ ਕਿ ਇਹਨਾਂ ਜਿੰਨੀਆਂ ਵੀ ਤੁਹਾਨੂੰ ਮੈਂ ਬੋਰਡ ਤੇ ਸੰਖਿਆਵਾਂ ਲਿਖਾਈਆਂ ਹੈ ਇਹਨਾਂ ਦੇ ਵਿੱਚ ਕੁਝ ਚੀਜ਼ਾਂ ਕੋਮਨ ਨੇ ਉਹਨਾਂ ਉਸ ਚੀਜ਼ਾਂ ਨੂੰ ਤੁਸੀਂ ਫੜਨਾ ਹੈ ਦੇਖੋ ਇੱਕ ਜਾਦੂਗਰ ਹੁੰਦਾ ਨਾ ਕਿਸੇ ਕੋਲ ਕੁਝ ਵੀ ਜਾਦੂਗਰ ਕੋਈ ਨਹੀਂ ਬੰਦਾ ਕਿਸੇ ਨੂੰ ਛੁਪਾ ਸਕਦਾ ਜਾਂਦਾ ਕਰਦੇ ਜੇਕਰ ਐਡੇ ਵੱਡੇ ਜਾਦੂਗਰ ਹੁੰਦੇ ਆ ਜੱਜ ਸਾਹਿਬ ਦੇ ਸਾਹਮਣੇ ਜਦੋਂ ਕਿਸੇ ਬੰਦੇ ਨੂੰ ਸਜ਼ਾ ਹੁੰਦੀ ਹੈ ਤੋ ਤਾਂ ਫਿਰ ਜੱਜ ਦੀ ਕਲਮ ਹੀ ਡਾ ਦਿਆ ਕਰੇ ਬਈ ਲੋਕਾਂ ਨੂੰ ਵਕੀਲ ਕਰਨ ਦੀ ਕੀ ਜ਼ਰੂਰਤ ਹੈ ਕਰੋੜਾਂ ਰੁਪਿਆਂ ਦੀ ਬਹਿਸ ਦੇ ਵਿੱਚ ਜੇਕਰ ਜਾਦੂਆਂ ਜਾਦੂ ਟੋਣਾ ਉਹਨਾਂ ਕੋਲ ਟ੍ਰਿਕ ਹੁੰਦੀ ਹੈ ਹੁਣ ਆਪਾਂ ਕਈ ਵਾਰੀ ਯੂਟਿਊਬ ਤੇ ਦੇਖਦੇ ਹਾਂ ਚਾਹੇ ਆਪਾਂ ਡਾਇਮੰਡ ਨੂੰ ਦੇਖ ਲਓ ਤੁਸੀਂ ਤੇ ਉਹ ਟ੍ਰਿਕ ਹੈ ਰਾਈਟ ਹੈ ਮੈਜੀਸ਼ੀਅਨ ਮੈਜਿਕ ਲਿਮਿਟਡ ਹੁੰਦਾ ਕੋਈ ਏਡਾ ਵੱਡਾ ਨਹੀਂ ਹੁੰਦਾ ਆ ਜਾਓ ਵੀ ਕਰਾਂ ਇੱਕ ਚੀਜ਼ ਸਿੱਖੋ ਕਿ ਆ ਸਾਡੇ ਕੋਲੇ ਜੋ ਵੀ ਸੰਖਿਆ ਹੈ ਇਹਨਾਂ ਦੋਨਾਂ ਸੰਖਿਆ ਦੇ ਅੰਤਿਮ ਅੰਕਾਂ ਦਾ ਜੋੜ ਕਿੰਨਾ ਬਣ ਰਿਹਾ ਇਹਨਾਂ ਦੋਨਾਂ ਸੰਖਿਆ ਦੇ ਅੰਤਿਮ ਅੰਕਾਂ ਦਾ ਜੋੜ ਬਣ ਰਿਹਾ ਜੀ 10
ਪਿਛਲੀਆਂ ਦੋ ਅੰਕਾਂ ਦੇ ਅੰਕਾਂ ਪਿਛਲੀਆਂ ਦੋ ਅੰਕਾਂ ਦੀ ਸੰਖਿਆ ਦੇਖੋ 3-7 ਹੈ, ਦੋਨਾਂ ਦਾ ਜੋੜ 10 ਬਣ ਰਿਹਾ, ਲੇਕਿਨ ਇਹਨਾਂ ਤੋਂ ਅਗਲੀਆਂ ਸੰਖਿਆਵਾਂ ਸੇਮ ਹੋਣੀਆਂ ਬਹੁਤ ਜ਼ਰੂਰੀ ਹੈ। ਇੱਥੇ ਇਹ ਚੀਜ਼ ਕੰਮ ਕਰੇਗੀ, ਇਹ ਦੇਸੀ ਜੜੀ ਬੂਟੀਆਂ ਦੀ ਦਵਾਈ ਉੱਥੇ ਕੰਮ ਕਰੇਗੀ। ਮਤਲਬ ਇਹ ਹੋ ਗਿਆ ਕਿ ਮੈਂ ਇੱਥੇ ਕਹਿ ਸਕਦਾ ਕਿ ਸਮ ਆਫ ਲਾਸਟ ਟੂ ਡਿਜਿਟਸ ਨੰਬਰ, ਠੀਕ ਹੈ ਜੀ, R10 ਐਂਡ ਠੀਕ ਹੈ ਨੈਕਸਟ ਡਿਜਿਟਸ ਆਰ ਸੇਮ। ਅਗਰ ਪਿਛਲੇ ਦੋ ਅੰਕਾਂ ਦੀ ਸੰਖਿਆਵਾਂ ਜੋੜ 10 ਹੈ ਤੇ ਅਗਲੀਆਂ ਸੰਖਿਆਵਾਂ ਸੇਮ ਹੈ। ਹੁਣ ਧਿਆਨ ਇੱਥੇ ਰੱਖਣਾ, ਮੰਨ ਲਓ ਕਿ ਇਹੀ ਸੰਖਿਆ ਤੁਹਾਨੂੰ 53 ਮਲਟੀਪਲਾਈ 67 ਆ ਗਈ, ਉੱਥੇ ਨਹੀਂ ਚੱਲਣਾ, ਕਿਉਂਕਿ ਇੱਥੇ ਕੀ ਹੈ ਕਿ ਪਿਛਲੀਆਂ ਦੋ ਅੰਕਾਂ ਦਾ ਜੋੜ ਤਾਂ 10 ਬਣ ਗਿਆ, ਲੇਕਿਨ 5 ਤੇ 6 ਦਾ ਅੰਤਰ ਹੈ, ਇੱਥੇ ਚੀਜ਼ ਨਹੀਂ ਚੱਲੇਗੀ। ਤਾਂ ਪਹਿਲੀ ਗੱਲ, ਤੁਹਾਡੇ ਨੋਟਬੁੱਕ 'ਤੇ ਸਕਰੀਨਸ਼ੋਟ ਮਾਰ ਲਓ, ਲਿਖ ਲਓ, ਇੱਥੇ ਹੀ ਇਸ ਦਵਾਈ ਨੇ ਕੰਮ ਕਰਨਾ। ਜੇਕਰ ਤੁਹਾਡੇ ਗੋਡੇ ਦੁਖਦੇ, ਮੈਂ ਕੈਲਸ਼ੀਅਮ ਦੇ ਤੁਹਾਨੂੰ ਕੈਪਸੂਲ ਦੇ ਤੇ ਅਤੇ ਤੁਹਾਡਾ ਕੱਲ੍ਹ ਨੂੰ ਢਿੱਡ ਦੁਖਣ ਲੱਗ ਗਿਆ, ਤੁਸੀਂ ਕਹਿ ਦਿਓਗੇ ਲੈ ਸਰ ਕੈਪਸੂਲ ਸਾਰ ਵਾਲੇ, ਕਿਹੜਾ ਗੋਡਿਆਂ ਵਾਲੇ ਖਾ ਲਈਏ, ਨਹੀਂ ਕੰਮ ਨਹੀਂ, ਉੱਥੇ ਤਾਂ ਉੱਥੇ ਲੂਜ ਮੋਸ਼ਨ ਲੱਗੇ ਹੋਣਗੇ ਤੁਹਾਨੂੰ, ਉੱਥੇ ਕੰਮ ਨਹੀਂ ਕਰਨਗੇ। ਤਾਂ ਜੇਕਰ ਦੇਖੋ ਦਵਾਈ ਹਰ ਚੀਜ਼ ਦੀ ਵੱਖਰੀ ਵੱਖਰੀ ਹੈ, ਤਾਂ ਦੇਖੋ ਜੀ ਹੁਣ ਇਹਨੂੰ ਪ੍ਰੋਪਰ ਸਕਰੀਨਸ਼ੋਟ ਲੈ ਲਓ ਸਾਰੇ ਬੱਚੇ, ਤੁਹਾਨੂੰ ਕੰਮ ਦਏਗਾ ਅੱਗੇ, ਇਹਨੂੰ ਸਕਰੀਨਸ਼ੋਟ ਲੈ ਲਿਆ ਤੁਸੀਂ ਸਾਰਿਆਂ ਨੇ, ਤਾਂ ਮੈਂ ਇਸ ਨੂੰ ਅੱਗੇ ਰੰਗ ਬੂਟੀਆਂ ਲਾਉਣ ਜਾ ਰਿਹਾ। ਹੁਣ ਆ ਜਾਓ ਜੀ, ਮੈਂ ਤੁਹਾਨੂੰ ਸਿਖਾਇਆ ਕਿ ਜਦੋਂ ਤੁਹਾਡੇ ਕੋਲ ਦੋ ਅੰਕਾਂ ਦੀ ਸੰਖਿਆ, ਦੇਖੋ ਮੈਂ ਇੱਥੇ ਲਿਖ ਲੈਣਾ 21 × 29, ਮੈਂ ਲਿਖ ਲਿਆ 22 × 28, ਮੈਂ ਲਿਖ ਲਿਆ 23 × 27, 24 × 26, ਅਤੇ ਆ ਲਓ ਬੱਚੇ 25 × 25। ਦੇਖੋ ਜੀ ਜਦੋਂ ਵੀ ਤੁਹਾਡੇ ਕੋਲ ਇਹ ਸੰਖਿਆ ਬਣੇ ਕਿ ਪਿਛਲੀ ਦੋ, ਦੇਖੋ ਪਿਛਲੇ ਦੋ ਅੰਕਾਂ ਦਾ ਜੋੜ 10, ਅਗਲੇ ਅੰਕ ਸੇਮ, ਕੀ ਕਰਨਾ, ਇਸ ਨੂੰ ਇਹਦੇ ਨਾਲ ਗੁਣਾ ਕਰ ਦਿਓ। ਮੈਂ ਲਿਖਤਾ ਜੀ 09, 2 ਨਾਲ 2 ਦਾ ਮਲਟੀਪਲਾਈ ਨਾ ਕਰੋ, ਜਿੱਥੇ ਸੇਮ ਹੋਣ ਨਾ ਉੱਥੇ ਇੱਕ ਡਿਜਿਟ ਅਗਲਾ ਲੈ ਲਓ, ਅਜ਼ੂਮ ਕਰ ਲਓ 2 ਤੋਂ ਬਾਅਦ ਕੀ ਹੈ 3 ਹੈ, ਤਾਂ ਤੁਸੀਂ ਸੋਚੋ 2 × 3 = 6। ਆ ਲਓ ਜੀ ਹੁਣ ਦੇਖੋ ਆਹ ਦੋਨਾਂ ਦਾ ਜੋੜ 10 ਹੈ, 8 × 2 = 16 ਕਰ ਦਿਓ, 2 × 3 ਕਿੰਨਾ ਕਰ ਦਿਓ 6, ਕਿੰਨਾ ਕਰ ਦਿਓ ਜੀ 7 × 21, 2 × 3 = 6, 6 × 4 ਜੋੜ ਕਰੋਗੇ 10 ਆ ਰਿਹਾ, ਜੋੜ ਨਾ ਕਿਤੇ ਲਿਖ ਕੇ ਆ ਜਾਓ ਉੱਥੇ ਕਦੇ, ਲਓ ਯਾਰ ਮੈਨੂੰ ਤਾਂ ਗਿਲਜ਼ ਮੈਂਟਰ ਵਾਲਿਆਂ ਨੇ ਐਂ ਸਿਖਾਇਆ ਸੀਗਾ, ਨਹੀਂ ਹੈ ਕੰਮ ਗਲਤ ਹੋ ਜਾਣਾ ਉੱਥੇ, 6 × 4 = 24 ਅਤੇ 2 × 3 = 6, ਰਾਈਟ ਹੈ ਜੀ। ਤੁਸੀਂ ਕੀ ਕਰਨਾ, 5 × 5 = 25 ਅਤੇ ਕਿੰਨਾ ਲਿਖ ਦੇਣਾ 3 × 6, ਗੱਲ ਖਤਮ ਹੈ ਬਾਬੇ, ਗੱਲ ਖਤਮ ਹੈ, ਜਮਾਂ ਹੀ ਮੈਂ ਕਹਿੰਦਾ ਸਿਰਾ ਹੀ ਲੱਗ ਜੂਗਾ। ਹੁਣ ਦੇਖੋ ਜੀ ਹੁਣ ਮੈਂ ਜਿਵੇਂ ਮਰਜ਼ੀ ਲਿਖ ਦੇਵਾਂ, 84 × 86, 83 × 87, 54 × 56, 59 × 51, ਆ ਜਾਓ ਕਰਾਂ ਮੈਦਾਨ ਵਿੱਚ, ਆ ਜਾਓ ਕਰਾਂ। ਦੇਖੋ ਕੁਐਸਚਨ ਕਿਵੇਂ ਹੁੰਦੇ, ਇੱਕ ਇੱਕ ਸੈਕਿੰਡ ਦੇ ਵਿੱਚ ਅਸੀਂ ਸਵਾਲਾਂ ਦਾ ਡੋਲੂ ਮਾਂਜ ਕੇ ਰੱਖ ਦਾਂਗੇ। ਦੇਖੋ ਪਿਛਲੇ ਦੋ ਅੰਕਾਂ ਦਾ ਜੋੜ ਕਿੰਨਾ ਬਣ ਰਿਹਾ ਬੱਚੇ, 10, ਪਿਛਲੇ ਦੋ ਅੰਕਾਂ ਦਾ ਜੋੜ ਕਿੰਨਾ ਬਣ ਗਿਆ ਜੀ, 10 ਬਣ ਗਿਆ, ਤਾਂ ਆਪਾਂ ਕੀ ਲਿਖਣਾ ਇੱਥੇ, 6 × 24, 8 × 8 = 64 ਨਹੀਂ ਲਿਖਣਾ, ਨਾ, ਇੱਕ ਅੰਕ ਅਗਲਾ ਸਮਝੋ, 8 × 72, ਕੀ ਸੋਚਣਾ 72 × 21, ਮੈਂ ਕੀ ਕਰਨਾ 5 × 31, 6 × 24, ਕੀ ਕਰਨਾ 5 × 31, ਰਾਈਟ ਹੈ ਜੀ 5 × 31, 09 ਆਨਸਰ ਹੋ ਗਿਆ ਜੀ। ਤੁਸੀਂ ਕਿਸੇ ਵੀ ਗੂਗਲ 'ਤੇ ਚੈੱਕ ਕਰ ਲਓ,
ਮੇਰੇ ਹਿਸਾਬ ਨਾਲ ਤੁਹਾਡਾ ਗੂਗਲ ਵੀ ਫੇਲ ਹੋ ਜਾਣਾ ਤੁਹਾਡੇ ਅੱਗੇ। ਇਹ ਕੈਲਕੂਲੇਸ਼ਨ ਤੁਹਾਡੀ ਹੈ, ਤੁਸੀਂ ਸਾਰੇ ਜਣਿਆਂ ਨੇ ਕੀ ਕਰਨਾ, ਤੁਸੀਂ ਮੇਰੇ ਕਹਿਣ 'ਤੇ ਅੱਧਾ ਘੰਟਾ ਆਪਣਾ ਕਾਪੀ ਪੈੱਨ ਚੁੱਕੋ ਅਤੇ ਉਹਦੇ ਉੱਪਰ ਇਸ ਤਰੀਕੇ ਦੇ ਸਵਾਲਾਂ ਨੂੰ ਕਰ ਕਰਕੇ ਨਾ ਭੰਬਲ ਭੂਸੇ ਪਾ ਦਿਓ ਸਾਰਾ ਕੰਮ, ਐਂ ਮੱਖਣ ਮਲਾਈ ਵਰਗਾ ਕੰਮ ਕਰਕੇ ਛੱਡ ਦਿਓ। ਤੁਸੀਂ ਇੱਕੋ ਟ੍ਰਿਕ ਨਾਲ ਸਾਰੇ ਸਕੇਅਰ ਖਤਮ ਕਰਤੇ, ਇੱਕੋ ਟ੍ਰਿਕ ਨਾਲ ਤੁਸੀਂ ਸਾਰੇ ਟੂ ਡਿਜਿਟ ਦੇ ਮਲਟੀਪਲਾਈ ਖਤਮ ਕਰਤੇ। ਬੋਲੋ ਜੀ, ਗੱਲਬਾਤ ਕਲੀਅਰ ਹੈ ਕਿ ਨਹੀਂ? ਕਲੀਅਰ, ਵੈਰੀ ਗੁੱਡ, ਬਹੁਤ ਬੜੀਆ ਜੀ, ਰਾਈਟ ਹੈ। ਸਾਰੇ ਬੱਚਿਆਂ ਨੇ ਕਰਨਾ ਹੈ, ਔਰ ਇਸ ਵਾਰ ਦੇਖੋ ਜਿੰਨੇ ਵੀ ਸਟੂਡੈਂਟਸ ਤੁਸੀਂ ਵਾਰ ਵਾਰ ਦੇਖਦੇ ਹੋ ਸੈਸ਼ਨਸ, ਆਪਣੇ ਦੋਸਤਾਂ ਮਿੱਤਰਾਂ ਫਰੈਂਡ ਸਭ ਨੂੰ ਤੁਸੀਂ ਜਾਣਕਾਰੀ ਦੇ ਦੇਣੀ ਹੈ ਕਿ ਇਸ ਪਲੈਟਫਾਰਮ 'ਤੇ ਤੁਸੀਂ ਬਹੁਤ ਆਸਾਨੀ ਨਾਲ ਤਿਆਰੀ ਕਰ ਸਕਦੇ ਹੋ। ਲਾਈਵ ਕਲਾਸਾਂ, ਨੋਟਸ, ਮਟੀਰੀਅਲ, ਟੈਸਟ ਸੀਰੀਜ਼ ਸਭ ਕੁਝ ਸਾਡਾ ਪ੍ਰੋਵਾਈਡ ਹੁੰਦਾ ਹੈ, ਤੁਸੀਂ ਡਾਊਨਲੋਡ ਕਰ ਸਕਦੇ ਹੋ, ਪ੍ਰਿਪਰੇਸ਼ਨ ਕਰ ਸਕਦੇ ਹੋ। ਲੱਖਾਂ ਰੁਪਇਆ, ਹਜ਼ਾਰਾਂ ਰੁਪਇਆ ਤੁਹਾਨੂੰ ਕਿਤੇ ਵੀ ਵੇਸਟ ਕਰਨ ਦੀ ਜ਼ਰੂਰਤ ਨਹੀਂ ਹੈ, ਠੀਕ ਹੈ ਜੀ। ਚਲੋ ਜੀ, ਹੁਣ ਅੱਗੇ ਚੱਲਦੇ ਹਾਂ ਜੀ। ਮੰਨ ਲਓ ਹੁਣ ਸਿਖਾਉਣਾ ਤੁਹਾਨੂੰ ਮੈਂ ਮਲਟੀਪਲੀਕੇਸ਼ਨ, ਕੁਛ ਹੋਰ ਵੀ, ਰਾਈਟ ਹੈ। ਉਹ ਮਲਟੀਪਲੀਕੇਸ਼ਨ ਕਰਾਂਗੇ ਆਪਾਂ ਕੱਲ੍ਹ, ਰਾਈਟ, ਕਿੰਨੇ ਵਜੇ? 6 ਵਜੇ, 6 PM ਕਰਾਂਗੇ ਆਪਾਂ, ਜਿਸਦਾ ਪਾਰਟ ਨੰਬਰ ਹੋਏਗਾ 2, ਠੀਕ ਹੈ ਜੀ, ਪਾਰਟ ਨੰਬਰ ਹੋਏਗਾ 2। ਔਰ ਇਹ ਇਸ ਤਰੀਕੇ ਦਾ ਸਿੰਪਲੀਫਿਕੇਸ਼ਨ ਮੇਰਾ ਡੇਲੀ ਚੱਲੇਗਾ, ਜਿਸ ਦੇ ਨਾਲ ਤੁਹਾਡੀ ਬਹੁਤ ਇੰਪੋਰਟੈਂਟ ਰੇਂਜ ਇਨਕਰੀਜ਼ ਹੋਏਗੀ, ਬਟ ਐਟਲੀਸਟ ਤੁਸੀਂ ਪ੍ਰੈਕਟਿਸ ਕਰਨਾ ਹੈ। ਇਹਨਾਂ ਦੇ ਤੁਹਾਨੂੰ ਪ੍ਰੈਕਟਿਸ ਜਿਹੜਾ ਕੰਟੈਂਟ ਹੋਏਗਾ, ਪ੍ਰੈਕਟਿਸ ਕੰਟੈਂਟ ਹੋਏਗਾ, ਇਹ ਕੰਟੈਂਟ ਤੁਹਾਨੂੰ ਟੈਲੀਗ੍ਰਾਮ ਵਿੱਚ ਮਿਲ ਜਾਏਗਾ, ਇਸ ਪਲੈਟਫਾਰਮ ਦੇ ਟੈਲੀਗ੍ਰਾਮ ਵਿੱਚ ਮਿਲ ਜਾਏਗਾ, ਜਿੱਥੇ ਤੁਹਾਨੂੰ ਇੱਥੋਂ ਦੀ ਟੀਮ ਪ੍ਰੋਵਾਈਡ ਕਰ ਦੇਗੀ। ਕੱਲ੍ਹ ਰਾਈਟ 6 ਵਜੇ ਤੁਸੀਂ ਸਾਰਿਆਂ ਨੇ ਜਾਣਕਾਰੀ ਦੇ ਦੇਣੀ ਹੈ, ਤੁਸੀਂ ਸਟੇਟਸ ਮੋਬਾਈਲ 'ਤੇ ਜ਼ਰੂਰ ਲਾ ਲਿਓ, ਤੁਹਾਡੀ ਵਜ੍ਹਾ ਨਾਲ ਪਤਾ ਨਹੀਂ ਕਿਸ ਗਰੀਬ ਘਰ ਦੇ ਬੱਚੇ ਨੂੰ ਨੌਕਰੀ ਹਾਸਲ ਹੋ ਸਕਦੀ ਹੈ, ਤੁਹਾਡੇ ਐਫਰਟ ਨਾਲ ਪਤਾ ਨਹੀਂ ਕਿਸ ਗਰੀਬ ਘਰ ਦੇ ਬੰਦੇ ਨੂੰ ਆਸਰਾ ਮਿਲ ਸਕਦਾ ਹੈ। ਬਹੁਤ ਸਾਰੇ ਲੋਕਾਂ ਨੂੰ ਅੱਜ ਵੀ ਰਸਤਾ ਨਹੀਂ ਪਤਾ। ਮੈਂ ਇੱਕ ਚੀਜ਼ ਲਾਸਟ ਦੇ ਵਿੱਚ ਜ਼ਰੂਰ ਦੱਸ ਦਿੰਦਾ ਕਿ ਜਿੰਨੇ ਵੀ ਸਟੂਡੈਂਟਸ ਤਿਆਰੀ ਕਰ ਰਹੇ ਹੈ, ਰਾਈਟ ਹੈ ਜੀ, ਪੰਜਾਬ ਜੀ ਕੇ ਦਾ ਮਸਲਾ ਤੁਹਾਡਾ ਐਸਾ ਹੱਲ ਕਰਨਾ ਹੈ, ਤੁਸੀਂ ਸਮਝ ਲਓ ਕਿ ਦੇਖੋ ਜੋਗੀ ਕਦੇ ਵੀ ਅੰਨਾ ਨਹੀਂ ਹੁੰਦਾ, ਤੁਸੀਂ ਯਾਦ ਰੱਖਿਓ, ਕਦੇ ਜੋਗੀ ਦੀ ਅੱਖ ਸੇਹ ਦੇ ਤੱਕਲੇ ਵਰਗੀ ਹੁੰਦੀ ਹੈ, ਸਮਝ ਗਏ ਮੇਰੀ ਗੱਲ? ਉਹ ਇਸੇ ਕਰਕੇ ਤੁਹਾਨੂੰ ਕਹਿ ਦਿੰਦੇ ਆ, ਕਹਿੰਦੇ ਆ ਬੱਚਾ ਤੇਰੀ ਅੱਖ ਵਿੱਚ ਪਾ ਦੀਏ ਸੁਰਮਚੂ, ਫਿਰ ਬਾਬਿਆਂ ਵਰਗੀ ਤੇਰੀ ਤੇਜ਼ ਤੇਜ਼ ਕਰ ਦੀਏ ਫਿਰ ਅੱਖ ਕਰਾ, ਤਾਂ ਮਤਲਬ ਉਹ ਬਹੁਤ ਤਕੜੀ, ਕਿਉਂਕਿ ਉਹਨਾਂ ਕੋਲ ਕੀ ਹੁੰਦਾ ਨਾ ਕਿ ਐਸੀ ਉਹ ਜੜੀ ਬੂਟੀਆਂ ਨਾਲ ਸੁਰਮਾ ਪਾਉਂਦੇ ਨੇ, ਜਿਸ ਕਰਕੇ ਉਹਨਾਂ ਦੀ ਅੱਖ ਦੇ ਵਿੱਚ ਕੋਈ ਮੇਰੇ ਹਿਸਾਬ ਨਾਲ ਕੋਈ ਕੁਛ ਵੀ ਨਹੀਂ, ਧੁੰਦਲਾ ਧੁੰਦਲਾਪਨ ਨਹੀਂ ਆਉਂਦਾ ਹੈ, ਉਹਨਾਂ ਦੇ ਲੇਜ਼ਰ ਬਹੁਤ ਤਕੜੇ ਹੁੰਦੇ ਨੇ। ਤਾਂ ਮੈਂ ਤੁਹਾਨੂੰ ਇਹ ਕਰਕੇ ਕਹਿੰਦਾ ਕਿ ਇਸੇ ਪ੍ਰਕਾਰ ਦਾ ਤੁਹਾਨੂੰ ਮੈਂ ਸੁਰਮਾ ਅਤੇ ਉਹ ਦੇ ਦੇਣਾ ਸੁਰਮਚੂ, ਕਿ ਜਿਸ ਕਰਕੇ ਤੁਸੀਂ ਪੰਜਾਬ ਜੀ ਕੇ ਹਰ ਪੇਪਰ ਦੇ ਵਿੱਚ ਆਊਗਾ, ਡਿਟੇਲ ਵਾਈਜ਼ ਆਊਗਾ, ਅਤੇ ਚੀਜ਼ਾਂ ਤੁਹਾਨੂੰ ਦਿਖਾ ਵੀ ਰਿਹਾ ਸਕਰੀਨ 'ਤੇ। ਉਸ ਤੋਂ ਬਾਅਦ ਆਉਂਦਾ ਜੀ ਜਿੰਨਾ ਕਰੰਟ ਅਫੇਅਰ ਦਾ ਕੰਟੈਂਟ ਹੈ, ਇਸ ਵਾਰ ਮੈਂ ਤੁਹਾਨੂੰ ਅੱਜ ਮੈਂ ਚੈਲੰਜ ਕਰ ਦਿੰਦਾ ਮੈਂ ਅੱਜ ਤੁਹਾਨੂੰ, ਇਹ ਚੈਲੰਜ ਮੇਰਾ 101% ਦਾ ਹੈ। ਇੱਕ ਇੱਕ ਪ੍ਰਸ਼ਨ SS ਬੋਰਡ ਔਰ ਪੰਜਾਬ ਪੁਲਿਸ ਦੇ ਪੇਪਰ ਤੋਂ ਬਾਹਰ ਨਹੀਂ ਆਏਗਾ, ਇਹ ਜੋ ਜਿੰਨਾ ਕਰੰਟ ਅਫੇਅਰ ਹੈ, ਠੀਕ ਹੈ। ਅਤੇ ਤੀਜੀ ਗੱਲ ਕਰ ਦਿੰਦੇ ਹਾਂ ਕਿ ਜਿਹੜਾ DI ਵਗੈਰਾ ਲੇਬਰ ਇੰਸਪੈਕਟਰ ਦੇ ਵਿੱਚ 30 ਨੰਬਰਾਂ ਦਾ ਕੰਟੈਂਟ ਹੈ ਨਾ, ਉਹ ਸਾਡਾ ਹੈਗਾ ਜੀ, ਚਾਹੇ ਉਹ ਰੀਜ਼ਨਿੰਗ ਹੈ, ਰਾਈਟ ਹੈ, ਅਤੇ ਚਾਹੇ ਸਾਡਾ ਕੀ ਹੈ, DI ਹੈ। ਤੁਸੀਂ ਸਾਰਿਆਂ ਨੇ ਇੱਥੋਂ ਹੀ ਪ੍ਰਿਪੇਅਰ ਕਰਨਾ ਹੈ, ਕੱਲ੍ਹ ਸ਼ਾਮ ਨੂੰ 6 ਵਜੇ ਮਿਲੂੰਗਾ। ਟਿਲ ਦੈਨ ਆਪਣਾ ਖਿਆਲ ਰੱਖੋ, ਪੜ੍ਹਦੇ ਰਹੋ, ਸਤਰਕ ਰਹੋ। ਸਤਿ ਸ਼੍ਰੀ ਅਕਾਲ ਜੀ।